ਅਸਲਾਮ ਵਾਲੇਕੁਮ ਸਸਰੀ ਅਕਾਲ ਮੈਂ ਤੁਹਾਡਾ ਵੀਰ ਸੰਦੂ ਫਰੀਦਕੋਟਿਆ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਮਿੱਤਰੋ ਆਪਾਂ ਇਸ ਇਸ ਚੈਨਲ ਦੇ ਰਾਹੀਂ ਅਸੀਂ ਜਿਨ੍ਹਾਂ ਨੇ ਸਾਲ 1947 ਦੇ ਉਜਾੜੇ ਵੇਖਿਆ ਉਹਨਾਂ ਬਜ਼ੁਰਗਾਂ ਨਾਲ ਮਿਲਾਉਨੇ ਆ ਅਸੀਂ ਉਹਨਾਂ ਦੇ ਕੋਲੇ ਬੈਠ ਕੇ ਉਹਨਾਂ ਦੇ ਪੁਰਾਣੇ ਪਿੰਡਾਂ ਦੀਆਂ ਯਾਦਾਂ ਤਾਜ਼ਾ ਕਰਦੇ ਆ ਕਿ ਉਹਨਾਂ ਨੇ 47 ਦੇ ਉਜਾੜੇ ਵੇਲੇ ਆਪਦੇ ਅੱਖਾਂ ਨਾਲ ਕੀ ਕੁਝ ਦੇਖਿਆ ਤੇ ਅਸੀਂ ਇੱਕ ਨਵੀਂ ਪੀੜੀ ਨੂੰ ਅਸੀਂ ਆਉਣ ਵਾਲੀ ਪੀੜੀ ਨੂੰ ਇੱਕ ਨਾਲੇ ਇਹਨਾਂ ਬਜ਼ੁਰਗਾਂ ਦੇ ਰਾਹੀਂ ਇੱਕ ਪੇਗਾਮ ਦੇਣਾ ਚਾਹੁੰਦੇ ਆ ਲੇ ਵੀ 1947 ਦੇ ਵੇਲੇ ਜਿਹੜਾ ਇਹਨਾਂ ਨੇ ਆਪਦੀ ਅੱਖੀਂ ਉਜਾੜੇ ਵੇਖ ਕੇ ਹਾਂਜੀ ਮਿੱਤਰੋ ਤੇ ਅਸੀਂ ਬੈਠੇ ਆ ਇਸ ਟਾਈਮ ਪਟੋ ਕਲੋਨੀ ਬੂਰੇ ਵਾਲਾ ਤੇ ਇਹਨਾਂ ਬਜ਼ੁਰਗਾਂ ਨਾਲ ਇਹਨਾਂ ਦੇ ਪੁਰਾਣੇ ਪਿੰਡਾਂ ਦੀਆਂ ਯਾਦਾਂ ਤਾਜ਼ਾ ਕਰਦੇ ਆ ਕਿ ਇਹਨਾਂ ਦਾ ਪੁਰਾਣਾ ਪਿੰਡ ਚੜ੍ਹਦੇ ਪੰਜਾਬ ਇਹਨਾਂ ਦਾ ਪੁਰਾਣਾ ਪਿੰਡ ਕਿਹੜਾ ਸੀਗਾ ਤੇ ਆਓ ਮਿੱਤਰੋ ਅਸੀਂ ਬਜ਼ੁਰਗਾਂ ਨਾਲ ਤੁਹਾਡੀ ਗੱਲ ਕਰਾਉਣੇ ਆ ਅਸਲਾਮੁਅਲੈਕਮ ਜੀ ਵਾਲੇ ਤੁਸੀਂ ਬੋਲਣਾ ਤੋਂ ਪਹਿਲੇ ਤਾਂ ਬਜ਼ੁਰਗੋ ਨਾਲ ਤੁਸੀਂ ਸਾਨੂੰ ਆਪਣਾ ਨਾਮ ਦੱਸੋ ਮੁਹੰਮਦ ਬੂਟਾ ਜੀ ਮੁਹੰਮਦ ਬੂਟਾ ਠੀਕ ਹੈ ਜੀ ਤੇ ਹੁਣ ਦੱਸੋ ਜੀ ਲਬੀ ਆਪਣੇ ਬਾਪੂ ਜੀ ਦਾ ਕੀ ਨਾਮ ਸੀਗਾ ਮੇਰੇ ਬਾਪ ਦਾ ਜੀ ਹਾਂ ਜੀ ਉਹਨਾਂ ਦਾ ਨਾਮ ਚਰਾਗ ਸੀ ਤੇ ਉਹਤਰਾ ਉਰਫ ਪਹਿਲਾ ਪਹਿਲਾ ਕਰਕੇ ਸਾਡੇ ਪਹਿਲਾ ਪਹਿਲਾ ਤੇ ਤਾਇਆ ਜੀ ਦਾ ਕੀ ਨਾਮ ਸੀਗਾ ਤਾਇਆ ਜੀ ਦਾ ਨਾਮ ਸੀ ਸਰਾਜ ਸਰਾਜ ਤੇ ਦਾਦਾ ਜੀ ਦਾ ਕੀ ਨਾਮ ਸੀਗਾ ਬਾਬਾ ਜੀ ਮੇਰੇ ਦਾਦੇ ਦਾ ਨਾਮ ਸੀਗਾ ਈਸਾ ਈਸਾ ਹਾਂਜੀ ਦਾਦਾ ਜੀ ਹੋਰੇ ਕਿੰਨੇ ਭਰਾ ਸੀਗੇ ਦਾਦੇ ਹੋਰੇ ਸੀਗੇ ਮੇਰੇ ਪਰਦਾਦੇ ਦੇ ਦੋ ਟੱਬਰ ਸੀ ਹਾਂਜੀ ਇੱਕ ਤੋਂ ਦੋ ਸੀ ਈਸਾ ਤੇ ਮਮਦੀ ਹਾਂਜੀ ਤੇ ਦੂਸਰੇ ਦੇ ਵਿੱਚੋਂ ਸੀ ਚਾਰ ਦੂਜੇ ਦਾ ਟੱਬਰ ਤੋਂ ਇੱਕ ਦਾ ਨਾਮ ਨੂਰਾ ਸੀ ਦੂਜੇ ਦਾ ਨਾਮ ਮੁੰਤੀ ਤੀਜੇ ਦਾ ਨਾਮ ਲਾਲਖਾਂ ਹਾਂਜੀ ਚੌਥਾ ਜਿਹੜਾ ਸੀ ਉਹ ਅਲੀਆ ਕੀਨ ਸੀ ਚਲਾ ਗਿਆ ਸੀ ਠੀਕ ਇਹ ਹੁਣ ਸਭ ਤੋਂ ਪਹਿਲੇ ਬਜ਼ੁਰਗੋ ਸਾਨੂੰ ਨਾ ਆਪਣਾ ਚੜਦੇ ਪੰਜਾਬ ਪਿੰਡ ਦੱਸੋ ਆਪਣਾ ਪਿੰਡ ਕਿਹੜਾ ਸੀਗਾ ਪਿੰਡ ਦੀ ਮੇਰਾ ਜ਼ਿਲ੍ਹਾ ਪਰੋਸ਼ ਪੁਰ ਸੀ ਤਸੀਲ ਮੋਗਾ ਸੀਗਾ ਪਿੰਡ ਬਾਗਾਪੁਰਾਣਾ ਸੀ ਬਗਾ ਪ੍ਰਾਣਾ ਜੀ ਤੇ ਇਹਦੇ ਨੇੜੇ-ਨੇੜੇ ਪਿੰਡ ਦੱਸੋ ਸਾਨੂੰ ਯਾਦ ਆ ਤੁਹਾਨੂੰ ਇਹਦੇ ਨੇੜੇ-ਨੇੜੇ ਪਿੰਡ ਕਿਹੜੇ ਸੀਗੇ ਇਹਦੇ ਨੇੜੇ-ਨੇੜੇ ਪਿੰਡ ਜਿਹੜੇ ਸੀਗੇ ਇੱਕ ਤੇ ਮਂਡੀਰਾ ਉਹਨਾਂ ਨੂੰ ਸਾਦੇ ਮਂਡੀਰਾ ਤੇ ਗਿੱਲਾ ਹਾਂਜੀ ਗਿੱਲਾ ਤੇ ਦੂਏ ਪਾਸੇ ਸੀ ਮਾਣੂਕੇ ਹਾਂਜੀ ਕਾਲੇ ਕੇ ਕਾਲੇ ਆਲਾ ਹਾਂਜੀ ਤੇ ਦੂਸਰੇ ਅੱਗੇ ਆ ਜਾਂਦੇ ਸੀਗੇ ਰਾਜਿਆਣਾ ਹਾਂਜੀ ਰਾਜਿਆਣੇ ਤੋਂ ਅੱਗੇ ਆ ਜਾਂਦਾ ਸੀ ਸਮਾਲਸਰ ਹਾਂਜੀ ਸਮਾਲਸਰ ਤੋਂ ਅੱਗੇ ਫਰੀਦਕੋਟ ਆਉਂਦਾ ਸੀ ਜੀ ਠੀਕ ਹੋ ਗਿਆ ਕੋਟ ਆਇਆ ਪਹਿਲਾਂ ਫਿਰ ਫਰੀਦਕੋਟ ਆਉਂਦਾ ਅੱਛਾ ਤੁਸੀਂ ਇਹ ਫਰੀਦਕੋਟ ਦੇ ਨਾਲ ਹੀ ਮਿੱਡੂਮਾਨ ਪਿੰਡ ਸੀਗਾ ਉਹ ਉੱਥੇ ਮੇਰੇ ਨਾਨਕੇ ਸੀਗੇ ਮੇਰੇ ਨਾਨਕੇ ਵੀ ਫਰੀਦਕੋਟ ਦੇ ਸੀ ਮਿੱਡੂਮਾਨ ਦੇ ਹਾਂਜੀ ਠੀਕ ਹੈ ਅੱਛਾ ਤੇ ਹੁਣ ਸਾਨੂੰ ਨਾ ਤੁਸੀਂ ਬਜ਼ੁਰਗੋ ਦੱਸੋ ਲੈ ਵੀ ਆਪਣਾ 1947 ਚੜ੍ਹਦੇ ਪੰਜਾਬ ਵੇਲੇ ਆਪਾਂ ਨੂੰ ਪਿੰਡ ਨੂੰ ਕੋਈ ਨਹਿਰ ਲੱਗਦੀ ਸੀਗੀ ਕੋਈ ਨਹਿਰ ਦਾ ਨਾਮ ਯਾਦ ਹੈ ਤੁਹਾਨੂੰ ਨਹਿਰ ਲੱਗਦੀ ਸੀ ਦੀ ਉਹ ਗਿੱਲਾਂ ਵਾਲੀ ਨਹਿਰ ਵੱਲਦੀ ਸੀ ਚੜ੍ਹਦੇ ਪਾਸੇ ਸੀ ਲੈnde ਕਿਹੜੇ ਪਾਸੇ ਸੀ ਨਹਿਰ ਚੜ੍ਹਦੇ ਪਾਸੇ ਲੈ ਪਾਸੇ ਤੇ ਪਿੰਡ ਆਪਣਾ ਕਿਦਾਂ ਦਾ ਸੀ ਕੱਚਾ ਸੀਗਾ ਕਿ ਪੱਕਾ ਸੀਗਾ ਪਿੰਡ ਕੁਝ ਵਿੱਚ ਜਿਹੜੇ ਉਹੋ ਦੇ ਘਰ ਸੀ ਉਹ ਕੱਚੇ ਸੀ ਵਿੱਚ ਸਿੱਖ ਜਿਹੜੇ ਸੀ ਉਹ ਪੱਕੇ ਵੀ ਪਾ ਕੇ ਬੈਠੇ ਲੋਕ ਵਿੱਚ ਤਗੜੇ ਵੀ ਬੈਠੇ ਤਗੜੇ ਵੀ ਸੀਗੇ ਤੇ ਆਪਣੇ ਪਿੰਡ ਦੇ ਵਿੱਚ ਗੁਰਦੁਆਰੇ ਆਏ ਸੀਗੇ ਗੁਰਦੁਆਰੇ ਆ ਗਏ ਸੀ ਦੋ ਦੋ ਤਾਂ ਮੈਂ ਦੇਖਿਆ ਹਾਂ ਹਾਂਜੀ ਇਹ ਪਿੰਡ ਦੇ ਚਾਰ ਲੰਬਰਦਾਰ ਚਾਰੇ ਹੀ ਪਾਸੇ ਸੀ ਦੋ ਪਾਸਿਆਂ ਦਾ ਗੁਰਦੁਆਰਾ ਦਾ ਪਤਾ ਬਹੁਤ ਬਹੁਤ ਵੱਡਾ ਪਿੰਡ ਸੀਗਾ ਹਾਂਜੀ ਹਾਂਜੀ ਠੀਕ ਹੋ ਗਿਆ ਜਿਹੜੀ ਤੁਹਾਡੀ ਸਾਈਡ ਤੇ ਸੀਗੇ ਤੁਸੀਂ ਜਿਹੜਾ ਕੁਝ ਦੇਖਿਆ ਤੁਸੀਂ ਉਹ ਹੀ ਦੱਸ ਸਕਦੇ ਹੋ ਉਹ ਤਾਂ ਬਹੁਤ ਵੱਡਾ ਹਣਾ ਬਹੁਤ ਵੱਡਾ ਉਹ ਤਾਂ ਪਿੰਡ ਹੁਣ ਸ਼ਹਿਰ ਬਣਿਆ ਪਿਆ ਹੈ ਸ਼ਹਿਰ ਬਣ ਗਿਆ ਹੁਣ ਆ ਜੀ ਹਾਂਜੀ ਸਾਡੇ ਘਰ ਨੂੰ ਸਾਹਮਣੇ ਗੁਰਦੁਆਰਾ ਸਿੱਖ ਦਾ ਗਲੀ ਸਾਹਮਣੇ ਦੇ ਵਿੱਚ ਹੁੰਦੀ ਸੀ ਹਾਂਜੀ ਤੇ ਬੂਏ ਨੂੰ ਸਾਹਮਣੇ ਸਿੱਖਾਂ ਦਾ ਗੁਰਦੁਆਰਾ ਜਿੱਥੇ ਉਹ ਆਪਣਾ ਅਸਿਕਰਾਨ شریف ਕਹਿੰਦੇ ਆ ਉਹਨਾਂ ਦਾ ਵੀ ਇੱਕ ਇਸੰਦਾ ਕਰਾਨ ਆ ਹਾਂਜੀ ਉਹਦੇ ਬੜੇ ਹੋ ਕੰਮ ਹਾਂ ਬੜਾ ਕੁਝ ਕਰਦੇ ਸੀ ਉਹਨਾਂ ਨੇ ਉਹ ਤਿੰਨ ਮੀਲ ਦਾ ਹਲਵਾ ਜਾ ਪਕਾਉਣਾ ਤਾਂ ਸਾਨੂੰ ਇਹਨਾਂ ਨਾ ਦੇਣਾ ਹੱਥਾਂ ਤੇ ਰੱਖ ਦੇ ਹੱਥਾਂ ਤੇ ਰੱਖ ਤਾਂ ਕਹਿੰਨਾ ਇਹ ਸਾਡਾ ਪੁੱਤਰਾ ਇਹਨੂੰ ਦੁੱਜੀ ਵੇਰ ਵੀ ਦੇ ਦੇਓ ਉਹ ਯਾਰ ਦੁੱਜੀ ਵੇਰ ਦੀ ਆਤਮਾ ਪਾਓ ਕਹਿੰਦਾ ਅੱਛਾ ਬਜ਼ੁਰਗੋ ਉਥੇ ਤੁਸੀਂ ਕਿਹੜੇ ਕਿਹੜੇ ਸਿੱਖਾਂ ਦੇ ਨਾਮ ਯਾਦ ਯਾਦ ਆ ਤੁਹਾਨੂੰ ਸਿੱਖਾਂ ਦੇ ਨਾਮ ਦੱਸੋ ਪਹਿਲਾਂ ਤਾਂ ਸਾਰਿਆਂ ਤੋਂ ਸ਼ੁਰੂ ਜੀ ਕਿਸ਼ਨਾ ਜਿਹੜਾ ਸੀ ਨਾ ਹਾਂਜੀ ਉਹਨੇ ਸਾਡੇ ਨਾਲ ਬੜੇ ਪਹਿਲਵਾਨ ਸੀ ਕਿਤੇ ਸਾਨੂੰ ਫਰੀਦਕੋਟ ਛੱਡ ਕੇ ਗਿਆ ਹਾਂਜੀ ਫਿਰ ਉਹਦਾ ਭਰਾ ਸੀ ਸਰਦਾਰਾ ਉਹਨੇ ਵੀ ਆਖਿਆ ਵੀ ਇਹਨਾਂ ਦਾ ਹਾਲ ਵਿੰਗਾ ਨਾ ਹੋਵੇ ਸਾਡੇ ਨਾਲ ਭੈਣ ਪਤਾ ਭਰਾਵਾਂ ਤਰ੍ਹਾਂ ਰਹੇ ਹਾਂ ਭਰਾਵਾਂ ਤਰ੍ਹਾਂ ਅੱਜ ਇੱਕ ਮਾੜਾ ਵਕਤ ਆ ਗਿਆ ਤੇ ਹੁਣ ਇਹਨਾਂ ਭਰਾਵਾਂ ਨਾਲ ਅਸੀਂ ਮਾੜੀ ਨਹੀਂ ਕਰਨੀ ਮਾੜੀ ਨਹੀਂ ਕਰਨੀ ਸਾਡੇ ਦੂਏ ਪਾਸੇ ਘਰ ਦੇ ਸੀਗਾ ਬਾਬਾ ਨੱਥੀ ਉਹਨੂੰ ਕਹਿੰਦੇ ਸੀਗੇ ਹਾਂਜੀ ਸੀ ਸਿੱਖ ਹਾਂਜੀ ਇੱਕ ਪਾਲਾ ਸਿੱਖ ਸੀਗਾ ਹਾਂਜੀ ਇੱਕ ਭਗਵਾਨਾ ਸੀਗਾ ਹਾਂਜੀ ਤੇ ਸਾਡੇ ਘਰ ਦੇ ਨਾਲ ਸਾਹਮਣੇ ਥੋੜੇ ਜਿਹੇ ਹਟਮਾ ਹੱਟੀ ਸੀ ਕਰਾੜਾਂ ਦੀ ਅੱਛਾ ਕੀ ਸੀ ਨਾ ਕਰਾੜ ਦਾ ਕੀ ਨਾਮ ਸੀਗਾ ਉਹ ਦੋ ਭਰਾ ਸੀਗੇ ਵੱਡੇ ਦਾ ਨਾਮ ਸੀ ਹੁਕਮੀ ਤੇ ਛੋਟੇ ਦਾ ਨਾਮ ਸੀ ਬਾਬੂ ਹਾਂਜੀ ਤੇ ਉਹ ਬੱਚੇ ਸੀ ਅਸੀਂ ਅਸੀਂ ਕਹਦੇ ਨਾ ਬਾਬਾ ਮੇਰਾ ਟੱਡ ਪੀੜ ਹੁੰਦਾ ਉਹਨਾਂ ਨੇ ਗੋਲੀਆਂ ਜੀਆਂ ਹਾਜ਼ਮੇ ਨਾਲ ਜਾਂਦੇ ਇਹਦੇ ਨਹੀਂ ਆਸੀ ਲੈ ਕੇ ਆ ਜਾਂਦਾ ਨਾਲ ਹੀ ਹਕਮਤ ਵੀ ਕਰਦੇ ਹੋਣੇ ਆ ਨਾ ਹਾਂਜੀ ਹਾਂਜੀ ਕਰਿਆਨੇ ਦੀ ਦੁਕਾਨ ਸੀਗੀ ਹਾਂਜੀ ਸੋਡੇ ਸੋਡੇ ਲਾਂ ਜਾਣਾ ਹਾਂਜੀ ਐਵੇਂ ਕਹ ਦਿੰਦਾ ਨਾ ਬਾਬਾ ਮੇਰਾ ਟੱਡ ਪੀੜ ਹੁੰਦੀ ਹਾਂਜੀ ਸਹੀ ਗੱਲ ਹੈ ਹਾਂਜੀ ਇੱਕ ਚੰਗਾ ਵਕਤ ਸੀਗਾ ਜੀ ਬਹੁਤ ਚੰਗਾ ਸੀ ਸਾਡੇ ਨਾਲ ਬਹੁਤ ਚੰਗੇ ਰਹਿਆ ਹਾਂਜੀ ਇਹ ਜਿਹੜੇ ਘਰ ਸੀ ਸਾਡੇ ਨਾਲ ਨਾਲ ਹਾਂਜੀ ਹਾਂਜੀ ਤੇ ਬਾਕੀ ਹੋਣ ਜਿਹੜੀ ਅੱਲਾ ਵੱਲੀਆਂ ਲਿਖੀ ਸੀਗੀ ਉਹ ਭਰ ਰਹੀ ਕਾਫਲੇ ਚ ਵੇਖੀ ਜੋ ਜੋ ਸਾਡੇ ਨਾਲ ਹੋਈ ਜੋ ਆਪਾਂ ਅੱਗੇ ਗੱਲ ਕਰਦੇ ਆਂ ਤੇ ਤੁਹਾਡੇ ਹਾਨੀਆਂ ਦੇ ਨਾਮ ਯਾਦ ਆਲੇ ਵੀ ਤੁਹਾਡੇ ਹਾਨੀ ਉਸ ਵਕਤ ਦੇ ਕਿਸੇ ਦੇ ਨਾਮ ਯਾਦ ਹੋਣ ਤੁਹਾਨੂੰ ਸਿੱਖਾਂ ਦੇ ਕੋਈ ਹਿੰਦੂਆਂ ਦੇ ਬਾਨੀਆਂ ਦੇ ਬੱਕਰੀਆਂ ਬੋਕਰੀਆਂ ਚਾਰਨ ਜਾਜਦਾ ਸੀ ਇਹਨਾਂ ਤੇ ਖੇਢੀ ਦਾ ਵੇ ਸੀਗਾ ਉਹ ਮਟੀਲੀ ਵਾਲਿਆਂ ਦਾ ਮੁੰਡਾ ਸੀ ਮੱਦੀ ਉਹਦੇ ਨਾਂ ਹਾਂਜੀ ਇੱਕ ਸਿੱਖ ਸੀਗਾ ਸਿੱਖਾਂ ਦਾ ਮੁੰਡਾ ਉਹਦੇ ਨਾਂ ਸੀ ਬੱਲੂ ਬੱਲੂ ਐਸੇ ਸਾਦੇ ਹੁੰਦੇ ਸੀ ਹਾਂਜੀ ਇਹ ਦੋ ਤਿੰਨ ਜਣੇ ਅਸੀਂ ਨਾ ਇੱਕੇ ਮੱਲੇ ਦੇ ਕਿਸਾਨ ਦੇ ਸੀਗੇ ਖੇਤ ਦੇ ਖੂਟ ਦੇ ਰਹਿਣਾ ਮੱਲਾ ਦੱਸੋ ਸਾਨੂੰ ਹੁਣ ਨਾਲ ਵੀ ਮੱਲਾ ਤੁਹਾਡਾ ਕਿੱਥੇ ਕਰਕੇ ਸੀਗਾ ਕਿਉਂ ਜਿਹੜੇ ਸਾਡੇ ਚੜਦੇ ਚੜਦੇ ਪੰਜਾਬ ਸਾਨੂੰ ਇੰਡੀਆ ਦੇ ਵਿੱਚ ਸਾਡੇ ਭੈਣ ਭਰਾ ਸਾਨੂੰ ਵਾਗੇ ਪ੍ਰਾਣੇ ਵਾਲੇ ਦੇਖ ਰਹੇ ਆ ਉਹਨਾਂ ਨੂੰ ਤੁਹਾਡਾ ਘਰ ਸਮਝਣ ਦੇ ਵਿੱਚ ਆਸਾਨੀ ਹਵੇਲੇ ਵੀ ਤੁਹਾਡਾ ਘਰ ਕਿੱਥੇ ਕਰਕੇ ਸੀਗਾ ਤੇ ਤੁਸੀਂ ਕਿਹੜੇ ਬਜ਼ੁਰਗਾਂ ਦਾ ਨਾਮ ਲੈ ਰਹੇ ਆ ਜਦੋਂ ਅਸੀਂ ਅੱਡੇ ਚੋਂ ਪੱਕੀ ਛੱਡ ਕੇ ਜਿਹੜੇ ਮੋਗਿਆ ਲੁਆਉਂਦੇ ਆ ਹਾਂਜੀ ਉਹਦੇ ਉਹਦੇ ਇਹਨਾਂ ਦੇ ਠਾਣਾ ਅੱਗੇ ਰਹਿ ਜਾਂਦਾ ਸੀ ਤਾਂ ਗਲੀ ਥੱਲੇ ਉਤਰਦੀ ਸੀ ਉਸ ਗਲੀ ਪੈ ਕੇ ਤੇ ਵਿਚਾਲੇ ਪਿੰਡ ਦੇ ਸਾਡਾ ਘਰ ਸੀਗਾ ਇੱਕ ਗੁਰਦੁਆਰਾ ਰਾਹ ਚ ਆ ਜਾਂਦਾ ਸੀ ਤੇ ਜਿਹੜਾ ਦੂਗਾ ਸੀ ਉਹ ਸਾਡੇ ਪੂਏ ਅਕੇ ਸੀ ਨਹੀਂ ਗੁਰਦੁਆਰਾ ਜਿਹੜਾ ਚੌਕ ਦੇ ਵਿੱਚ ਸੀਗਾ ਉਹ ਚੌਕ ਨਹੀਂ ਸੀ ਬੰਦੇ ਆ ਗਲੀ ਦੇ ਵਿਚਾਲੇ ਹੀ ਆ ਜਾਂਦਾ ਸੀ ਗੁਰਦੁਆਰਾ ਗੁਰਦੁਆਰਾ ਉਸ ਗੁਰਦੁਆਰੇ ਦੇ ਗਰੰਥੀ ਦਾ ਨਾਮ ਯਾਦ ਆ ਤੁਹਾਨੂੰ ਲੈ ਵੀ ਫਿਰ ਆਪਾਂ ਨੂੰ ਪਤਾ ਲੱਗ ਜਾਵੇ ਗੁਰਦੁਆਰਾ ਕਿਹੜਾ ਸੀਗਾ ਉਹਦਾ ਜੀ ਨਾਨੇ ਮਾਸੀ ਤੇ ਬਾਬਾ ਗੁਰਦੁਆਰਾ ਕਿਦਾਂ ਦਾ ਸੀਗਾ ਗੁਰਦੁਆਰਾ ਪੱਕਾ ਸੀ ਉਹਦਾ ਮੂੰਹ ਕਿਧਰ ਨੂੰ ਸੀਗਾ ਉਹਦਾ ਮੂੰਹ ਸੀਗਾ ਜਿਵੇਂ ਹੁਣ ਆ ਪਾਸੇ ਫਦੇਲ ਨੂੰ ਇੱਥੋਂ ਕਰ ਗਏ ਲੈਂਦੇ ਪਾਸੇ ਉਹਦਾ ਮੂੰਹ ਸੀਗਾ ਹਾਂਜੀ ਠੀਕ ਹੈ ਤੇ ਤੁਹਾਡੇ ਘਰ ਦਾ ਮੂੰਹ ਚੜ੍ਹਦੇ ਪਾਸੇ ਸੀ ਚੜ੍ਹਦੇ ਪਾਸੇ ਆਮਣੇ ਸਾਹਮਣੇ ਹੋ ਗਿਆ ਨਾ ਆਮਣੇ ਸਾਹਮਣੇ ਅੱਛਾ ਅੱਛਾ ਠੀਕ ਹੋ ਗਿਆ ਤੇ ਗੁਰਦੁਆਰੇ ਦੇ ਵਿੱਚ ਤੁਸੀਂ ਕੀ ਕੀ ਦੇਖਿਆ ਲਵੀ ਉਹਦੇ ਵਿੱਚ ਜਿਵੇਂ ਤੁਹਾਨੂੰ ਕੋਈ ਯਾਦ ਗੁਰਦੁਆਰਾਂ ਵਿੱਚ ਤੁਸੀਂ ਸਾਨੂੰ ਦੱਸੋ ਗੁਰਦੁਆਰਾ ਦੇ ਜਦੋਂ ਗ੍ਰੰਥ ਸਾਹਿਬ ਆਪਦਾ ਕੱਢਦੇ ਸੀ ਨਾ ਹਾਂਜੀ ਉਦੋਂ ਲੰਮੇ ਮੋਰ ਦੇ ਖਾਂਬਾਂ ਦੀਏ ਪੱਖੀ ਆਂਗੂ ਬਣਾਇਆ ਹੁੰਦਾ ਸੀ ਪਿੱਛੇ ਉਹਨਾਂ ਨੇ ਜੋ ਪਰਨਾ ਉਹਨਾਂ ਦਾ ਉਹ ਪਰਦੇ ਜਾਂਦੇ ਸੀ ਉਹ ਉੱਤੇ ਉਹਦੇ ਚੱਲਦੇ ਸੀਗਾ ਉੱਚਾ ਰੱਖਿਆ ਹੁੰਦਾ ਸੀਗਾ ਦੋ ਬੰਦਿਆਂ ਦੇ ਸਿਰ ਤੇ ਹਾਂਜੀ ਹਾਂਜੀ ਉਹਨਾਂ ਨੇ ਚੱਲਦੇ ਜਾਣਾ ਇੱਕ ਅੱਗੇ ਗੜਬੀ ਪਾਣੀ ਦੀ ਲੈ ਕੇ ਤੁਰ ਜਾਂਦਾ ਉਹਨੇ ਛਿੱਟੇ ਅੱਗੇ ਮਾਰਦੇ ਤੁਰ ਜਾਂਦਾ ਪ੍ਰੋਟੋਕੋਲ ਦਿੰਦੇ ਸੀ ਗੁਰੂ ਗ੍ਰੰਥ ਨੂੰ ਹਾਂਜੀ ਤੇ ਫੇਰ ਉਹ ਬੰਦਦੇ ਸੀ ਕਿ ਉਹ ਦਿਨ ਮੇਲ ਵਾਲਾ ਉਹ ਖਾ ਖੂ ਲੈ ਨਹੀਂ ਦਿਨ ਮੇਲ ਵਾਲਾ ਹਲਵਾ ਹਲਵਾ ਅੱਛਾ ਜੀ ਠੀਕ ਉਹ ਜਦੋਂ ਉਹਨਾਂ ਦਾ ਟਾਈਮ ਹੁੰਦਾ ਸੀ ਉਹਦੋਂ ਇੱਕ ਉਹ ਗੂਜਾ ਉਹ ਬਜਾਉਂਦੇ ਹੁੰਦੇ ਸੀ ਕਿ ਉਹ ਸਾਰੇ ਇਕੱਠੇ ਹੋ ਜਾਂਦੇ ਸੀ ਜਿਵੇਂ ਆਪਣੇ ਅਜਾਨ ਹੁੰਦੀ ਆ ਹਾਂਜੀ ਹਾਂਜੀ ਤੇ ਆਪਣੀ ਮਸਜਿਦ ਹੈ ਸੀ ਆਪਣੇ ਮੁਸਲਮਾਨਾਂ ਦੇ ਘਰ ਕਿਹੜੇ ਕਿਹੜੇ ਸੀ ਉੱਥੇ ਤੇ ਕਿਹੜੀਆਂ ਕਿਹੜੀਆਂ ਬਰਾਦਰੀਆਂ ਬੈਠੀਆਂ ਸੀ ਮੁਸਲਮਾਨਾਂ ਦੀਆਂ ਉੱਥੇ ਦੇ ਗੁੱਜਰ ਵੀ ਬੈਠੇ ਸੀਗੇ ਆਪਣੀ ਬਰਾਦਰੀ ਤੇ ਦੋਖ ਘਰ ਹਾਂਜੀ ਤੇ ਆ ਜਿਹਨਾਂ ਨੂੰ ਥੋਬੀ ਕਹਿੰਦੇ ਲਲਾਰੇ ਹਾਂਜੀ ਉਹ ਵੀ ਹੈਗੇ ਸੀਗੇ ਮੁਸਲਮਾਨ ਮੁਸਲਮਾਨ ਹਾਂਜੀ ਤੇ ਮਰਾਸੀ ਵੀ ਘਰ ਸੀਗੇ ਉਹ ਵੀ ਮੁਸਲਮਾਨਾਂ ਦੇ ਹੈਗੇ ਸੀਗੇ ਹਾਂਜੀ ਇੱਕ ਸਾਡੇ ਪਿਛਲੇ ਪਾਸੇ ਪਿਛਾੜੇ ਘਰ ਸੀ ਫਕੀਰਾਂ ਦਾ ਹਾਂਜੀ ਤੇ ਪਠਾਣਾ ਫਕੀਰ ਦੇ ਨਾ ਸੀਗਾ ਹਾਂਜੀ ਮੈਂ ਇੰਨਾ ਕਿ ਜਾਣੀ ਉਹ ਆਪਣੇ ਨੇੜੇ-ਨੇੜੇ ਜਿਹੜੇ ਸੀ ਉਹਨਾਂ ਨਾਲ ਜਿਹੜੇ ਬੈਠੇ ਸੀ ਉਹਨਾਂ ਦਾ ਪਤਾ ਸੀ ਠੀਕ ਹੈ ਹੋਰ ਪਿੰਡ ਦੇ ਵਿੱਚ ਆਪਣੇ ਮਸਜਿਦ ਐ ਸੀ ਮੁਸਲਮਾਨਾਂ ਦੀ ਮਸਜਿਦ ਜਿਹੜੀ ਸਾਡੇ ਮਹੱਲੇ ਨੂੰ ਲੱਗਦੀ ਸੀ ਨਾ ਹਾਂਜੀ ਉਹ ਸਾਨੂੰ ਦੂਰ ਜਾਣਾ ਪੈਂਦਾ ਸੀਗਾ ਮੋਗੇ ਵਾਲੀ ਸੜਕ ਦੇ ਅਗਲੇ ਪਾਸੇ ਸਾਹਮਣੇ ਗਲੀ ਨੂੰ ਉਹ ਮਸਜਿਦ ਸੀ ਅੱਛਾ ਮਸਜਿਦ ਕੱਚੀ ਸੀ ਆਪਣੀ ਕਿ ਪੱਕੀ ਸੀ ਨਹੀਂ ਜੀ ਮਸਜਿਦ ਜਿਹੜੀ ਸੀ ਨਾ ਉਹਦੀਆਂ ਕੰਧਾਂ ਅੰਦਰੋਂ ਵਾਰ ਜਾਨੀ ਕੱਚੀਆਂ ਇੱਟਾਂ ਬਾਹਰ ਪੱਕੀਆਂ ਲਾਈਆਂ ਹਾਂਜੀ ਤੇ ਕਿਉਂਕਿ ਮੁਸਲਮਾਨ ਥੋੜੇ ਸੀਗੇ ਸਿੱਖਾਂ ਦਾ ਜ਼ਿਆਦੇ ਸੀ ਹਾਂਜੀ ਤੇ ਆਪਣਾ ਮੀਆਂ ਕਿਹੜਾ ਸੀ ਉੱਥੇ ਜਿਹੜਾ ਆਪਾਂ ਨੂੰ ਕੁਰਾਨ ਹਿਫਜ਼ ਕਰਾਉਂਦਾ ਸੀਗਾ ਮੀਆਂ ਕਿਹੜਾ ਸੀਗਾ ਉਹਦਾ ਨੇ ਜੀ ਹੁਣ ਤੇਤਾ ਕਾ ਮੈਂ ਮਾਂ ਝੂਠ ਮਾਰਾ ਅੱਛਾ ਬਾਬਾ ਆਪਣੇ ਕਬਰਸਤਾਨ ਐ ਸੀਗਾ ਉੱਥੇ ਵੇਖੇ ਦੀ ਕਬਰਸਤਾਨ ਮੁਸਲਮਾਨਾਂ ਦਾ ਹਾਂਜੀ ਕਬਰਸਤਾਨ ਐਗਾ ਸੀ ਠਾਣੇ ਦੇ ਕੋਲ ਦੀ ਮਾਨੂ ਕੈਲ ਨੂੰ ਸੜਕ ਨਿਕਲਦੀ ਸੀ ਹਾਂਜੀ ਉਹਦੇ ਅਗਲੇ ਪਾਸੇ ਇੱਕ ਨਿਕਾ ਜਰ ਜਵਾਇਆ ਉਹ ਟੱਪ ਕੇ ਆਉਂਦਾ ਸੀਗਾ ਕਬਰਸਤਾਨ ਜਾਂਦੇ ਸੀ ਨਾ ਮੇਰੀ ਮਾਜੀ ਦੀ ਕਬਰ ਤੇ ਪਾਣੀ ਪੁੰਨੀ ਛਿੜਕਣੇ ਅੱਛਾ ਇਹ ਨਾਲੇ ਦਿਨ ਹਾਂਜੀ ਉਦੋਂ ਇੱਕ ਮੇਰੀ ਮੈਨੂੰ ਉਹ ਲੈ ਗਏ ਸੀਗੇ ਅੱਛਾ ਬਜ਼ੁਰਗੋ ਉਦੋਂ ਆਪਣੀ ਉਮਰ ਕਿੰਨੀ ਸੀਗੀ ਉਧਰ ਉਮਰ ਉਹ ਮੇਰੀ 12 13 ਸਾਲ ਦੀ ਸੀ 12 13 ਸਾਲ ਦੀ ਮਾਸ਼ੱਲਾ ਤਗੜੇ ਸੀਗੇ ਤਗੜੇ ਸੀਗੇ ਬੱਕਰੀਆਂ ਚਾਰਨ ਚਲੇ ਜਾਂਦਾ ਸੀਗਾ ਅੱਛਾ ਵਗ ਵੀ ਉਧਰ ਤੁਸੀਂ ਚਾਰਦੇ ਸੀ ਤੁਹਾਡੇ ਨਾਲ ਯਾਦ ਅਤਲੇ ਵੀ ਕਿਹੜੇ ਕਿਹੜੇ ਬੰਦੇ ਵਗ ਚਾਰਦੇ ਸੀ ਮੁਸਲਮਾਨਾਂ ਦੇ ਜਾਂ ਹਿੰਦੂਆਂ ਦੇ ਮੁਸਲਮਾਨਾਂ ਦਾ ਇੱਕ ਸੀਗਾ ਬਾਬਾ ਲਾਲੀ ਉਹਨੂੰ ਚਾਰਦੇ ਹੁੰਦੇ ਸੀ ਉਦੋਂ ਉਹ ਮੇਰੀ ਉਮਰ ਤੋਂ ਜੇ ਨਹੀਂ ਮਾਈ ਸੀਗਾ ਛੋਟਾ ਸੀ ਤੁਹਾਡੇ ਤੋਂ ਛੋਟੇ ਸੀਗਾ ਹਾਂਜੀ ਤੇ ਉਹ ਸਾਰੇ ਪਿੰਡ ਦਾ ਵਾਗ ਇਕੱਠਾ ਇਕੱਠਾ ਹੋ ਜਾਂਦਾ ਸੀ ਹਾਂਜੀ ਤੇ ਉਹ ਲੈ ਕੇ ਜਾਂਦਾ ਸੀਗਾ ਚਾਰ ਦਾ ਸੀ ਉਹਦੇ ਨਾਲ ਹੀ ਅਸੀਂ ਚਲੇ ਜਾਂਦੇ ਸੀਗੇ ਹਾਂਜੀ ਹਾਂਜੀ ਤੇ ਉਹਨਾਂ ਦੇਜ ਕੀ ਨਾਲ ਰੱਖਣੀ ਤੇ ਹੁੱਕੀ ਨਾਲ ਰੱਖਣੀ ਤੇ ਅਸੀਂ ਅੱਗ ਚਾਰ ਚਰ ਦੇਣੀ ਚਾਹ ਕਰ ਦੇਣੀ ਉਹਦੀ ਗਾਂ ਜਦੋਂ ਮਰਦੀ ਫੜਨੀ ਹੋਣੇ ਝੋਲੇਣੀ ਤੇ ਬਾਹਰ ਧੁੱਪੀ ਪਰ ਰਖਣਾ ਰਾਤ ਦੀ ਚੋਗੇ ਤੇ ਉੱਥੇ ਪੀਛੜਣਾ ਉੱਥੇ ਪੀਛੜਣਾ ਸਾਨੂੰ ਵੀ ਦੇਣੀ ਤੇ ਗਤਕੇ ਦਾ ਖਿਡਾਰੀ ਸੀ ਬਹੁਤ ਬਾਬਾ ਲਾਲੀ ਬਾਬਾ ਲਾਲੀ ਤੇ ਆਸੇ ਵਾਲੀ ਗੱਲ ਆ ਇੱਕ ਵੇਰੇ ਗਿੱਲਾਂ ਵਾਲਿਆਂ ਦਾ ਬਾਜਰਾ ਬਹੁਤ ਖੜਾ ਹੋਵੇ ਉਹਦੇ ਵਿੱਚ ਵਗਬਾਰਦਾ ਨਹੀਂ ਉਹ ਗਿੱਲਾਂ ਵਾਲੇ ਦਾ ਜੀਵਨਾਰ ਜਿਹੜਾ ਢਾਂਗ ਲੈ ਕੇ ਤੇ ਭੱਜਿਆ ਹੋਵੇ ਸਾਨੂੰ ਆਂਦਾ ਵਗਬਾਰ ਕੱਢ ਲੋ ਅਸੀਂ ਵਾਗ ਕੱਢ ਲਿਆ ਨਾ ਤੁਸੀਂ ਨਹੀਂ ਪਿੱਛਾ ਪੌਂਕੇ ਵੇਖਣਾ ਮਾ ਜਾਣਾ ਤੇ ਸਿੱਖ ਜਾਣੇ ਬੱਬਾ ਲਾਲੀ ਕਹਿੰਦਾ ਬੱਬਾ ਲਾਲੀ ਉਹ ਟੀਟੀ ਹਰ ਕੀ ਛੋਟੀ ਉਹਦੇ ਹੱਥ ਦੇ ਵਿੱਚ ਬਾਬੇ ਲਾਲੀ ਦੇ ਇੱਕ ਹੱਥ ਚ ਹੁੱਕੀ ਉਹ ਇੱਕੇ ਹੱਥ ਨਾਲ ਉਹਦੀਆਂ ਦਾੰਗਾ ਦੂੰਗਾ ਰੋਕਦਾ ਰਾਖਦਾ ਰਿਆ ਉਹਦੇ ਬਾਬੇ ਦੇ ਕੋਈ ਨਹੀਂ ਵਧੀ ਉਹ ਸਿੱਖਦੇ ਉਹਨੇ ਛੱਟਾ ਮਾਰੀਆਂ ਚਿੱਲਾ ਲਿਆਂਦੇ ਗਿੱਲਾ ਲਿਆਂਦੇ ਮੁੜ ਕੇ ਅਸੀਂ ਆਪਦੇ ਆ ਗਏ ਹਜ਼ੂਰ ਦੇ ਵਿੱਚ ਬਾਗਲੇ ਦੀ ਜ਼ਮੀਨਾਂ ਚ ਤੇ ਰੋਸੇ ਕੋ ਮੁੜ ਗਿਆ ਪਿੱਛੇ ਉਹ ਜਾਣੀ ਇੰਨਾ ਇੱਕ ਬਾਬਾ ਦਲੇਰ ਸੀਗਾ ਜਿਹੜਾ ਵਗਚਾਰਦਾ ਸੀਗਾ ਸਿੱਖਾਂ ਦਾ ਜਾਂ ਹਿੰਦੂਆਂ ਦਾ ਕੋਈ ਤੁਹਾਡੇ ਨਾਲ ਵਗਚਾਰਦਾ ਸੀਗਾ ਵੀ ਨਾਮ ਯਾਦ ਆ ਤੁਹਾਨੂੰ ਇਹ ਬੱਲੂ ਸੀਗਾ ਉਹ ਮੁੰਡਾ ਮੇਰਾ ਹਾਨੀ ਸੀਗਾ ਉਹ ਵੀ ਸਾਡੇ ਨਾਲ ਹੁੰਦਾ ਉਹ ਵੀ ਵਗਚਾਰਦਾ ਸੀ ਤੁਹਾਡੇ ਨਾਲ ਹਾਂਜੀ ਤੇ ਤੁਸੀਂ ਵਗਚਾਰਨ ਕਿਹੜੀ ਸਾਈਡ ਨੂੰ ਨਿਕਲਦੇ ਸੀਗੇ ਅਸੀਂ ਵਗਚਾਰ ਨੂੰ ਜਾਂ ਕਾਲੇ ਖਾਲੀ ਨੂੰ ਨਿਕਲ ਜਾਣਾ ਹਾਂਜੀ ਜਾਂ ਮੰਦਿਰਾਂ ਵਾਲ ਨੂੰ ਨਿਕਲ ਜਾਣਾ ਜਾਂ ਗਿੱਲਾਂ ਨੂੰ ਨਿਕਲ ਜਾਣਾ ਇਸ ਤਰ੍ਹਾਂ ਕਈ ਇੱਕ ਵੇਰੀ ਮਾਨੂ ਕਿਆਂ ਨੂੰ ਵੀ ਚਲੇ ਗਏ ਸੀਗੇ ਉਹ ਬਾਬਾ ਕਹਿੰਦਾ ਆ ਪਿੰਡ ਮਾਨੂ ਕਾ ਹਾਂਜੀ ਉਦੋਂ ਪਿੰਡ ਹੀ ਸਾਦੇ ਸੀਗੇ ਹਾਂਜੀ ਇਹ ਮਾਨੂ ਕਿਆਂ ਨੂੰ ਛੱਡ ਕੇ ਥਾਣੇ ਕੋਲੋਂ ਤਾਂ ਰੋੜੀ ਰਾੜੀ ਪਾਈ ਸੀ ਲੋਕ ਨਹੀਂ ਸੀ ਪਾਈ ਹਾਂਜੀ ਅੱਗੇ ਦਾ ਪਤਾ ਨਹੀਂ ਕੱਟੀ ਸੀ ਕਿ ਪੱਕੀ ਸੀ ਹਾਂਜੀ ਤੇ ਇੱਕ ਉੱਥੋਂ ਹੀ ਸਾਹਮਣੇ ਨਿਕਲਦੇ ਸੀ ਕਾਲੇ ਕਿਆਂ ਨੂੰ ਕੱਚੀ ਸੜਕ ਹਾਂਜੀ ਤੇ ਇੱਕ ਜਾਂਦੀ ਸੀਗੀ ਸਿੱਧੀ ਫਰੀਦਕੋਟ ਨੂੰ ਸਮਾਲਸਰ ਨੂੰ ਤੇ ਨਾ ਕੇ ਸਮਾ ਚਲੀ ਜਾਂਦੀ ਸੀਗੀ ਆਪਣਾ ਉਹਦਾ ਨਾਗ ਅੱਗੇ ਹੁਣ ਤਾਂ ਹੀ ਲੈਂਦਾ ਰਿਆਂ ਜੇਨ ਹੁਣ ਇਹ ਹੋ ਜਾਊਗਾ ਮੁਕਸਰ ਹਾਂਜੀ ਉਹ ਸਿੱਧੀ ਸੜਕ ਜਿਹੜੀ ਉਹ ਮੁਕਸਰ ਨੂੰ ਜਾਂਦੀ ਸੀ ਅਕੋ ਇਹ ਪਹਿਲਾਂ ਰਾਜਿਆਣਾ ਆਉਣਾ ਫਿਰ ਆਦਾਣਾ ਸਮਾਲਸਰ ਉਤੋਂ ਅੱਗੇ ਕੋਟ ਆਉਣਾ ਕੋਟ ਦੇ ਅਗਲੇ ਪਾਸੇ ਫਰੀਦਕੋਟ ਆ ਗਿਆ ਉਹ ਮੁੜ ਜਾਣਿਆ ਸੱਜੇ ਹੱਥ ਛੜਕ ਫਰੀਦਕੋਟ ਦੀ ਹਾਂਜੀ ਤੇ ਮੋਕਸਰ ਵਾਲੀ ਸਿੱਧੀ ਜਾਣੀ ਹੈ ਹਾਂਜੀ ਇਹ ਅੱਛਾ ਨਾ ਹੁਣ ਸਾਨੂੰ ਪਿੰਡ ਦੇ ਵਿੱਚ ਰੁੱਖ ਦੱਸੋ ਵਾਲੇ ਪਿੰਡ ਦੇ ਜਿੱਥੋਂ ਰੁੱਖ ਕਿਹੜੇ ਕਿਹੜੇ ਯਾਦ ਲੈ ਵੀ ਕਿਹੜੇ ਕਿਹੜੇ ਰੁੱਖ ਲੱਗੇ ਸੀ ਪਿੰਡ ਜਿੱਤੇ ਕਿੱਥੇ ਕਿੱਥੇ ਕਰਕੇ ਲੱਗੇ ਸੀਗੇ ਪਿੰਡ ਦੇ ਬਾਹਰਲੇ ਪਾਸੇ ਨੂੰ ਜਿੱਧਰ ਸਾਡਾ ਗਵਾਰਡ ਸੀ ਨਾ ਹਾਂਜੀ ਉਹ ਗਵਾਰਡ ਕਿਹਦੇ ਨਾਮ ਤੇ ਸੀਗਾ ਜਿਹੜਾ ਆਪਣਾ ਗਵਾਰਡ ਸੀਗਾ ਉਹ ਬਾਬੇ ਛੇਰੂ ਦੇ ਨਾਮ ਤੇ ਸੀਗਾ ਮੁਸਲਮਾਨ ਦੇ ਨਾਮ ਤੇ ਸੀਗਾ ਹਾਂਜੀ ਅਸੀਂ ਤੁਸੀਂ ਮੁਸਲਮਾਨਾਂ ਦੇ ਗਵਾਰਡ ਚ ਰਹਿੰਦੇ ਸੀ ਹਾਂਜੀ ਠੀਕ ਹੈ ਤੇ ਉਹ ਉਹਦੇ ਕਿੱਲੇ ਡੇਢ ਕਿੱਲੇ ਦੇ ਵਿੱਚ ਕਿਕਰਾਂ ਬਹੁਤ ਸੀਗੀਆਂ ਲੋਕ ਆਪਦੇ ਪਸ਼ੂ ਬੰਨਣੇ ਵੇਲਾ ਹੀ ਰਹਿੰਦਾ ਸੀ ਉੱਥਾਂ ਹਾਂਜੀ ਪਸ਼ੂ ਬੰਨਣੇ ਜਾਂ ਅਸੀਂ ਮੁੰਡੇ ਜਾ ਕੇ ਸ਼ਾਮੇ ਖੇਡਦੇ ਰਹਿਣਾ ਹਾਂਜੀ ਤੇ ਉਹਦੇ ਅਗਲੇ ਪਾਸੇ 2 3 3 4 ਕਿੱਲੇ ਛੱਡੇ ਸੀ ਮੈਦਾਨ ਹਾਂਜੀ ਜਦੋਂ ਸਿੱਖਾਂ ਦੀਆਂ ਇਹ ਸ਼ਰਤਾਂ ਸੀਗੀਆਂ ਸੌਣ ਪਾਦੋਂ ਚੜ ਜਾਣਾ ਨਾ ਸੌਣ ਤੀਆਂ ਹਾਂ ਤੀਆਂ ਲਕਣੀਆਂ ਤੇ ਮੁਸਲਮਾਨਾਂ ਦੀਆਂ ਚੂੜੀਆਂ ਨੇ ਹਰ ਕੌਮ ਦੀਆਂ ਉਹਨਾਂ ਨੇ ਘਰਾਂ ਸਦਾ ਲੈਣੀਆਂ ਤੀਆਂ ਘਰੇ ਬੁਲਾ ਲੈਣੀਆਂ ਹਾਂ ਭਈ ਉਹਨੇ ਦਿਨ ਉਹ ਲਕੀਆਂ ਰਹਿਣਾ ਤੀਆਂ ਜਿੰਨਾ ਚਿਰ بارش ਨਾ ਪਵੇ ਅੱਛਾ ਤੇ ਤਿੰयां ਲੱਗੀਆਂ ਕੋਈ ਬੰਦੇ ਦੀ ਉਧਰ ਜਾਤ ਨਹੀਂ ਜਾਣਦੇ ਤੇ ਤੁਸੀਂ ਤੀਆਂ ਵਾਲੇ ਮੇਲੇ ਚ ਚਲੇ ਜਾਂਦੇ ਸੀ ਅਸੀਂ ਚਲੇ ਜਾਂਦਾ ਸੀ ਛੋਟੇ ਸੀ ਅੱਛਾ ਹੁਣ ਦੱਸੋ ਦਵੀ ਚੀਜ਼ੋ ਤੀਆਂ ਦਾ ਮੇਲਾ ਉਥੇ ਪਿੰਡ ਦੀ ਸਾਰੀਆਂ ਧੀਆਂ ਇਕੱਠੀਆਂ ਹੁੰਦੀਆਂ ਇਕੱਠੀਆਂ ਹੋ ਜਾਂਦੀਆਂ ਫਿਰ ਤੁਸੀਂ ਉਹਨਾਂ ਨਾਲ ਕਿਹੜਾ ਕਿਹੜਾ ਸ਼ੁਗਲ ਕਰਦੇ ਹੁੰਦੇ ਸੀ ਕਿਉਂਕਿ ਤੁਸੀਂ ਤਾਂ ਬੱਚੇ ਸੀ ਨਾ ਜੋ ਆਖੇ ਸੀ ਅਸੀਂ ਕਦੇ ਕਿਸੇ ਜੱਟੀ ਨੂੰ ਕਹਿਣਾ ਭੂਆ ਮੈਨੂੰ ਆਸ਼ਾ ਲਾ ਦੇ ਬੁੜੀਆਂ ਹੀ ਵੇਚਦੀਆਂ ਹੁੰਦੀਆਂ ਸੀ ਆ ਨਾਕਾਂ ਨੂੰ ਕਾਂਦੇ ਹੋਦੀਆਂ ਚੀਜ਼ਾਂ ਹੋਣੀਆਂ ਉਹਨਾਂ ਕਹਿਣਾ ਤੁੱਕਾ ਦੇ ਪੈਸੇ ਨਹੀਂ ਲਾ ਕੇ ਹਰਦੇ ਚਾਤੇ ਕੋਲੋਂ ਲਿਆਉਂਦਾ ਹੁਣ ਪੂਗਾ ਨੂੰ ਉਹਨੇ ਬਿਲਾ ਦੇਣੀ ਦੂਸਰੀ ਨੂੰ ਕਿਸੇ ਨੂੰ ਬਾਜੀ ਪੈਣੇ ਸਾਦੇ ਸੀਗੇ ਤੇ ਬਾਜੀਆਂ ਦਾ ਇੱਧਰ ਆਣ ਕੇ ਹੁਣ ਗੱਲਾਂ ਕਰੀਆਂ ਤੁਸੀਂ ਉਧਰਲੀ ਬੋਲੀ ਬੋਲਨੀ ਜਿਹੜੀ ਤੁਸੀਂ ਉਧਰ ਬੋਲਦੇ ਸੀਗੇ ਕਿਸੇ ਨੂੰ ਫੁੱਫੀ ਬੋਲਣਾ ਕਿਸੇ ਨੂੰ ਪੈਣ ਬੋਲਣਾ ਬਹੁਤ ਮੇਰੇ ਨਾਲ ਪਿਆਰ ਬਹੁਤ ਕਰਦੀਆਂ ਸੀ ਜਾਂ ਜੱਟਾਂ ਦੀਆਂ ਬੁੜੀਆਂ ਵੀ ਜੱਟਾਂ ਦੀਆਂ ਕਿਥੇ ਬੁੜੀਆਂ ਦੇ ਨਾਮ ਯਾਦ ਆ ਤੁਹਾਨੂੰ ਇੱਕ ਦਾ ਨਾਮ ਤਾਂ ਰਾਮਕੌਰ ਸੀਗਾ ਰਾਮਕੌਰ ਰਾਮਕੌਰ ਹਾਂਜੀ ਇੱਕ ਦਾ ਨਾਂ ਸੀ ਹੁਕ ਉਨੂੰ ਮਾਏ ਹੁਕਮੀ ਕਹਿੰਦੇ ਸੀਗੇ ਉਹ ਹੁਕਮ ਦੇਈ ਅੱਛਾ ਹੁਕਮ ਦੇਈ ਕਹਿੰਦੇ ਸੀ ਹੈ ਹੁਕਮ ਦੇਈ ਕਹਿੰਦੇ ਸੀ ਅੱਛਾ ਉਹ ਸੀ ਉਤਰੀ ਅੱਛਾ ਉਹਦਾ ਬੱਚਾ ਕੋਈ ਨਹੀਂ ਸੀ ਬੱਚਾ ਕੋਈ ਨਹੀਂ ਸੀ ਸਾਡੀ ਕੰਧ ਦੇ ਨਾਲ ਕੰਧ ਸੀ ਸਾਡਾ ਸੀ ਉਦੋਂ ਥੋੜਾ ਥਾਂ ਪੰਜ ਕੁ ਮਰਲੇ ਹਾਂਜੀ ਤੇ ਉਹਦਾ ਬਾਵਾ 10 12 ਮਰਲੇ ਸਾਡਾ ਸੀ ਹਾਂਜੀ ਉਹਨੇ ਆਖਿਆ ਵੀ ਮਾਂ ਵੇਚਣਾ ਚਰਾਗ ਹਾਂਜੀ ਜੇ ਤੁਸੀਂ ਲੈਣਾ ਤਾਂ ਲੈ ਲਓ ਉਹ ਤਾਂ ਅੱਲਾ ਜਾਣੇ ਬਸ ਸਸਤੇ ਪਾਵਾਂ ਜੇ ਮੇਰੇ ਪਿਓ ਨੇ ਕਿੰਨੇ ਦਾ ਲਿਆ ਉਹ ਸਾਰਾ ਥਾਂ ਸਿਟਾ ਕੇ ਉਹਦਾ ਤੇ ਆਪਦੀਆਂ ਕੰਧਾਂ ਚਾਰ ਚਫੇਰੇ ਕਰ ਲੀਆਂ ਹਾਂਜੀ ਤੇ ਪਿੰਡ ਦਾ ਵਿਚਾਲਾ ਸੀਗਾ ਸਾਡਾ ਹਾਂਜੀ ਸਾਡਾ ਫਿਰ ਚੰਗਾ ਖੁੱਲਾ ਥਾਂ ਬਣ ਗਿਆ ਸੀ ਹਾਂਜੀ ਉਹ ਗਈ ਵਿਚਾਰੇ ਮਰ ਗਈ ਹਾਂਜੀ ਤੇ ਤਿੰਨਾ ਚੋ ਮਹੀਨਿਆਂ ਬਾਅਦ ਮੈਨੂੰ ਉਸ ਸੁਪਨੇ ਦੇ ਵਿੱਚ ਜਾਣੇ ਡਰਾਉਂਦੀ ਆ ਉੱਥੇ ਵਿੱਚ ਇੱਕ ਕਿੱਕਰ ਸੀਗੀ ਉਹਦੇ ਥਾਂ ਤੇ ਅੱਛਾ ਉਹਦੇ ہاں ਜੀ ਉਹ ਕਿੱਕਰ ਤੇ ਬੈਠਿਆ ਤਾਂ ਕਹਿੰਦੀ ਮੈਂ ਹੁਕਮ ਦੇਈ ਆ ਅੱਛਾ ਤੇ ਮੈਂ ਸਵੇਰੇ ਉੱਠ ਕੇ ਪਿਓ ਨੂੰ ਦੱਸਿਆ ਨਾ ਤਾਂ ਸਾਡਾ ਬੱਕਰਾ ਸੀਗਾ ਇੱਕ ਵਾਵਾ ਕੋਈ 1.5 ਸਾਲ ਦਾ ਹਾਂਜੀ ਤੇ ਉਹ ਮੈਂ ਉਦਾਂ ਹੀ ਰੱਖਿਆ ਹੋਏ ਬੱਕਰੀਆਂ ਵਾਸਤੇ ਹਾਂਜੀ ਉਹ ਪਿਓ ਨੇ ਫੜਿਆ ਬੱਕਰਾ ਲਿ ਜਾ ਕੇ ਕਿਕਰ ਦੇ ਮੋੜ ਦੇ ਨਾਲ ਉਹਨੂੰ ਛੁਰੀ ਫੇਰ ਕੇ ਉਹਦਾ ਖੂਨ ਪਾਤਾ ਹਾਂਜੀ ਕਹਿੰਦਾ ਲਾਇਆ ਕਿ ਹੁਣ ਨਹੀਂ ਤੈਨੂੰ ਦਿਸੂਗੀ ਹਾਂਜੀ ਤੇ ਮਸਲਾ ਬਥੇਰੀਆਂ ਗੱਲਾਂ ਬਾਤਾਂ ਦੇਖੀਆਂ ਆਣ ਗਵਾਂਦ ਦੱਸੋ ਲਵੀ ਆਪਣੇ ਸੱਜੇ ਖੱਬੇ ਆਪਣੀ ਪਿਛਾੜੀ ਕਿਹਦੇ ਲੱਗਦੀ ਸੀ ਆਪਣੇ ਸਾਹਮਣੇ ਕਿਹੜੇ ਕਿਹੜੇ ਘਰ ਸੀਗੇ ਸਾਡੇ ਸਾਹਮਣੇ ਦੀ ਇਹ ਸੀਗਾ ਇਹ ਪਿਛਲੇ ਪਾਸੇ ਸੀ ਫਕੀਰਾਂ ਦਾ ਘਰ ਹਾਂਜੀ ਖਾਨੇ ਦਾ ਪਠਾਣੇ ਦਾ ਹਾਂਜੀ ਤੇ ਦੂਸਰੇ ਪਾਸੇ ਸੇ ਆਲਾ ਗੁਜਰਵਾਲਾ ਸੀ ਆਲਾ ਗੁਜਰ ਮੁਸਲਮਾਨ ਸੀ ਮੁਸਲਮਾਨ ਉਹਦਾ ਘਰ ਸੀਗਾ ਹਾਂਜੀ ਤੇ ਇਧਰ ਦੂਸਤ ਤੀਸਰੇ ਪਾਸੇ ਆ ਜਾਂਦੇ ਸੀਗੇ ਉਹਨਾਂ ਦੇ ਕਰਾੜਾਂ ਦੇ ਹੱਟੇ ਬਾਬੂ ਦੀ ਹੁਕਮੀ ਦੀ ਉਹ ਤੁਹਾਡੇ ਖੱਬੇ ਪਾਸੇ ਸੀਗੀ ਹਾਂਜੀ ਅੱਛਾ ਥੋੜੀ ਕੰਦ ਸਾਂਝੀ ਸੀ ਉਹਨਾਂ ਦੀ ਉਹਨਾਂ ਦੇ ਘਰ ਨਾਲ ਅ ਉਹਨਾਂ ਦਾ ਮਾਜਨਾਂ ਦੇ ਨਹੀਂ ਨਹੀਂ ਆਪਣਾ ਬਾਣੀਆਂ ਕੇ ਨਹੀਂ ਨਹੀਂ ਹਾਂ ਉਹ ਗਲੀ ਵਿਚਾਲਿਆਂ ਦੀ ਆ ਜਾਂਦੇ ਸੀ ਚੌਂਕ ਬਣਦਾ ਹੀ ਉੱਥੇ ਗੁਰਦੁਆਰਾ ਸੀ ਨਾ ਹਾਂਜੀ ਹਾਂਜੀ ਉੱਥੇ ਇੱਕ ਕਲੀ ਗਲੀ ਜਿਹੜੀ ਉਹ ਉਹ ਛੜ ਕਲੀ ਨੂੰ ਚਲੀ ਜਾਂਦੀ ਸੀ ਪੱਕੀ ਵਾਲ ਨੂੰ ਹਾਂਜੀ ਇੱਕ ਸਿਰਦੇ ਵਾਲ ਨੂੰ ਗਈ ਇੱਕ ਛੜਦੇ ਵਾਲ ਨੂੰ ਗਈ ਹਾਂਜੀ ਇੱਕ ਸਾੜਦੇ ਵਾਲ ਨੂੰ ਆ ਗਈ ਹਾਂਜੀ ਛੋਟੇ-ਛੋਟੀਆਂ ਗਲੀਆਂ ਹੁੰਦੀਆਂ ਸੀ ਤਾਂ ਆਪਣੀ ਗਲੀ 'ਚ ਕਿਹੜੇ ਰੋਖ ਲੱਗੇ ਸੀਗੇ ਆਪਣੀ ਗਲੀ 'ਚ ਕੋਈ ਰੋਖ ਨਹੀਂ ਸੀਗਾ ਪੀੜੀ ਦੀ ਗਲੀ ਸੀਗੀ ਹਾਂਜੀ ਤੇ ਜਦੋਂ ਤੁੱਪਤਾ ਪਉਣੇ ਉਹ ਗੁਰਦੁਆਰੇ ਦੇ ਬਰਾਂਡੇ ਬਹੁਤ ਸੀਗੇ ਹਾਂਜੀ ਉਹਨਾਂ ਬਰਾਂਡੇ 'ਤੇ ਜਾ ਕੇ ਬੈਠੇ ਰਹਿਣਾ ਖੇਡਦੇ ਰਹਿਣਾ ਹਾਂਜੀ ਤੇ ਉੱਥੇ ਸਿੱਖਾਂ ਨੇ ਆ ਕੇ ਬੈ ਕੇ ਤਾਸ਼ ਵੀ ਖੇਡਦੇ ਰਹਿੰਦੇ ਸੀ ਹਾਂਜੀ ਜਦੋਂ ਉਹਨਾਂ ਦਾ ਕੋਈ ਟਾਈਮ ਆਉਣਾ ਉਹਦੋਂ ਉਹਨਾਂ ਨੇ ਆਪਣਾ ਉੱਥੇ ਜਮਾ ਹੋਣਾ ਬਾਕੀ ਰੋਖ ਕੋਈ ਨਹੀਂ ਸੀ ਗਾਗਲੀ ਦੇ ਪਿੰਡ ਦੀ ਸੱਤ ਕਿੱਥੇ ਸੀਗੀ ਕਿ ਉਹ ਗੁਰਦੁਆਰੇ ਚ ਸੱਤ ਬਣਾਈ ਸੀ ਉਹਨਾਂ ਨੇ ਗੁਰਦੁਆਰੇ ਦੀ ਪੰਚਾਇਤ ਕਰਦੇ ਸੀ ਜਿਹਨੂੰ ਕੋਈ ਕਰਦੇ ਸੀ ਹਾਂਜੀ ਤੇ ਪਿੰਡ ਦੇ ਨੰਬਰਦਾਰ ਦਾ ਨਾਮ ਨਹੀਂ ਯਾਦ ਸੀ ਖਾਲੀ ਨਾ ਉਹਨਾਂ ਦਾ ਉਹਨਾਂ ਦਾ ਨਹੀਂ ਮੈਨੂੰ ਯਾਦ ਹਾਂਜੀ ਇਹਨਾਂ ਦਾ ਸਿੱਖਾਂ ਦੇ ਸਿਵੇ ਜਿਹੜੇ ਸੀਗੇ ਉਹ ਸਾਡੇ ਕੋ ਆਡਲ ਸੀ ਅੱਛਾ ਜਿਹੜੇ ਮੋਗੇ ਨੂੰ ਛੜਕ ਆਉਂਦੀ ਸੀ ਨਾ ਹਾਂਜੀ ਉਹ ਛੜਕ ਦੇ ਨਾਲ ਹੀ ਸੁੰਦਰ ਕੱਕਾ ਵੱਜਦਾ ਸਿੱਖ ਹਾਂਜੀ ਉਹਦਾ ਖੂਹ ਸੀਗਾ ਛੜਕ ਦੇ ਨਾਲ ਖੱਬੇ ਇਧਰੋਂ ਮੁੱਕਿਆ ਨੂੰ ਜਾਇਏ ਖੱਬੇ ਸਾਈਡ ਤੇ ਹਾਂਜੀ ਜ਼ਖੀਰੇ ਦੇ ਨਾਲ ਹੀ ਸੀਗਾ ਖੂਹ ਹਾਂਜੀ ਉਹ ਖੂਹ ਦੇ ਸਾਹਮਣੇ ਸਵੇ ਸੀ ਇਹਨਾਂ ਦੇ ਹਾਂਜੀ ਉੱਥੇ ਇਹਨਾਂ ਨੇ ਜਦੋਂ ਕੋਈ ਮਰਨਾ ਉੱਥੇ ਸਾੜ ਸੂਡ ਕੇ ਆਉਂਦੇ ਸਹੀ ਹੈ ਹਾਂਜੀ ਤੇ ਜਿਹੜੇ ਤੁਸੀਂ ਸਿੱਖਾਂ ਦੇ ਨਾਮ ਲੈਨੇ ਆ ਹਾਂਜੀ ਉਹ ਕਿੱਥੇ ਕਰਕੇ ਰਹਿੰਦੇ ਸੀਗੇ ਤੁਹਾਡੇ ਨੇੜੇ ਸਿੱਖ ਕਿਹੜਾ ਰਹਿੰਦਾ ਸੀਗਾ ਨੇੜੇ ਸਿੱਖ ਜੇ ਮੈਂ ਕੋਈ ਦਵਾੜਾ ਘਾਟ ਮੈਂ ਕਿਸ਼ਨਾ ਤੇ ਸਰਦਾਰਾ ਸੀ ਹਾਂਜੀ ਤੇ ਦਵਾੜੇ ਇੱਕ ਤੇ ਹੀ ਸੀਗਾ ਇਹ ਭਗਵਾਨਾ ਜਿੱਦਰੋਂ ਸਾਡਾ ਚਾਚਾ ਹੀ ਲੱਗਦਾ ਹੀ ਰਹਿ ਗਿਆ ਹਾਂਜੀ ਤੇ ਦੂਏ ਪਾਸੇ ਸੀਗਾ ਬਾਬਾ ਨੱਥੀ ਹਾਂਜੀ ਉਹ ਸਾਥੋਂ ਤਿੰਨ ਚਾਰ ਕਰ ਰਹਾ ਹਟਮਾ ਸੀਗਾ ਹਾਂਜੀ ਉਹ ਬਾਹਰ ਨੂੰ ਨਿਕਲਦਾ ਸੀ ਗਲੀ ਸਾਡੀ ਉਧਰਲੇ ਪਾਸੇ ਉਹਦਾ ਘਰ ਸੀ ਤੇ ਉਹਦਾ ਹਾਤਾ ਪਸੂ ਡੰਗਰ ਉਹ ਵੀ ਉਧਰ ਹੀ ਸੀ ਠੀਕ ਹੈ ਤੇ ਅਗੋਂ ਅਗੋਂ ਫਿਰ ਬਾਹਰ ਨਿਕਲ ਜਾਂਦਾ ਸੀ ਸਹੀ ਹੈ ਤੇ ਹੋਰ ਕੋਈ ਪਿੰਡ ਦੀ ਕੋਈ ਗੱਲਬਾਤ ਕੋਈ ਯਾਦ ਆ ਤੁਹਾਨੂੰ ਕੋਈ ਲੜਾਈ ਝਗੜਾ ਜਾਂ ਕੋਈ ਕਿਸੇ ਦਾ ਵਿਆਹ ਸ਼ਾਦੀ ਤੁਸੀਂ ਆਪਦੇ ਅੱਖੀ ਵੇਖਿਆ ਹੋਵੇ ਤੇ ਉਹ ਸਾਡੇ ਨਾਲ ਕੋਈ ਗੱਲ ਸਾਂਝੀ ਕਰ ਲਓ ਕਿਸ ਦਾ ਵਿਆਹ ਵੇਖਿਆ ਹੋਵੇ ਜਾਂ ਕਿਸੇ ਕੋਈ ਲੜਾਈ ਝਗੜਾ ਵੇਖਿਆ ਪਿੰਡ ਦੇ ਵਿੱਚ ਤੁਸੀਂ ਲੜਾਈ ਝਗੜਾ ਜੀ ਆਪਣੀ ਦੱਸੋ ਪਹਿਲੀ ਹੈ ਸੀ ਸਾਡੀ ਪਹਿਲੀ ਜਿਹੜੀ ਸੀ ਵੱਡਿਆਂ ਨੇ ਗਵਾਚੀ ਪਹਿਲੀ ਤੇ ਬਹੁਤ ਸੀਗੀ ਅੱਛਾ ਜਦੋਂ 47 ਬੀ ਉੱਠ ਕੇ ਉਹਦੋਂ ਆਪਣੀ ਪਹਿਲੀ ਨਹੀਂ ਹੈਗੀ ਸੀ ਉਹਦੋਂ ਹੈ ਨਹੀਂ ਸੀ ਤੇ ਬਾਪੂ ਜੀ ਕੰਮ ਕੀ ਕਰਦੇ ਸੀਗੇ ਟਾਂਗਾ ਵਾਉਂਦੇ ਸੀਗੇ। ਟਾਂਗਾ ਵਾਉਂਦੇ ਸੀਗੇ। ਹਾਂਜੀ ਠਾਣੇ ਤੋਂ ਬਾਗੇ ਤੱਕ। ਹਾਂਜੀ ਠਾਣੇ ਵਾਲਿਆਂ ਨਾਲ ਟਾਂਗਾ ਹੁੰਦਾ ਸੀ। ਹਰ ਵਕਤ ਰਹਿਣਾ ਉਦੋਂ ਆ ਗੱਡੀਆਂ ਨਹੀਂ ਸੀ ਹੁੰਦੀਆਂ। ਹਾਂਜੀ। ਤੇ ਟਿਬਿਆਂ ਤੋਂ ਪਿਆਂ ਦੇ ਵਿੱਚ ਜਾਣਾ ਕੋ ਟਾਂਗਾ ਠਾਣੇ 'ਚ ਖੜਾ ਰਹਿਦਾ ਹੈਗਾ ਰਾਤ। ਹਰ ਆਸਨ ਪਾਣੀ ਉੱਥੋਂ ਹੀ ਆਉਣਾ। ਹਾਂਜੀ। ਠੀਕ ਹੋ ਬਾਪੂ ਜੀ ਟਾਂਗਾ ਚਲਾਉਂਦੇ ਸੀਗੇ ਟਾਂਗਾ ਵਾਲਿਆਂ ਨਾਲ। ਹਾਂਜੀ। ਠੀਕ ਹੋ ਗਿਆ। ਕਿਸੇ ਨੂੰ ਮੁਜਰਮ ਨੂੰ ਫੜਨ ਜਾਣਾ ਕਿਤੇ ਅੱਗੇ ਪਿੱਛੇ ਹਾਂ। ਹਾਂਜੀ। ਅੱਗੇ ਪਿੱਛੇ ਜਾਣਾ। ਸਹੀ ਹੈ। ਤੇ ਜਿਹੜਾ ਨਾ ਉਦੋਂ ਥਾਣੇਦਾਰ ਇੱਕ ਮੇਰੀ ਸੁਰਤ ਦੇ ਵਿੱਚ ਜੋਈਆ ਆਇਆ ਸੀ ਬਦਮਾਸ਼ ਤਾਂ ਸਾਡਾ ਇਲਾਕਾ ਅੱਗੇ ਹੀ ਸੀਗਾ ਅੱਛਾ ਤੇ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਕੁਝ ਨਹੀਂ ਸੀ ਸਮਝਦੇ ਹਾਂਜੀ ਤੇ ਬਦਲ ਕੇ ਪਿੰਡ ਵਾਲੇ ਪਿੰਡ ਵਾਲੇ ਹਾਂਜੀ ਜਿਹੜਾ ਬਦਮਾਸ਼ ਨਾਲ ਹੀ ਮੁਦਕੀ ਸੀਗੀ ਉਹ ਸਾਰੇ ਚੋਰਾਂ ਦੇ ਸੀ ਅੱਛਾ ਤੇ ਉਹ ਸਮਝਦਾ ਹੀ ਕੁਝ ਨਹੀਂ ਹੁੰਦਾ ਸੀ ਇਹ ਜੋਇਆ ਆਇਆ ਹਾਦਰਖਾਨ ਉਹਦਾ ਨਾਂ ਸੀ ਮੁਸਲਮਾਨਾਂ ਦਾ ਮੁਸਲਮਾਨਾਂ ਦਾ ਹਾਂਜੀ ਉਹ ਆ ਕੇ ਉੱਥੇ ਖਲੋਤਾ ਤੋਂ ਨੇ ਆਖਿਆ ਹਾਦਰਖਾਨ ਇੱਥੇ ਤੈਨੂੰ ਕਿਸੇ ਨੇ ਕੱਟਣ ਦੇਣਾ ਉਹ ਆਂਦਾ ਫਿਰ ਜੋਇਆ ਨੇ ਕਿਸੇ ਨੇ ਜੰਮਣਾ ਨਹੀਂ ਹਾਂਜੀ ਉਹ ਭਾਈ ਉੱਥੇ ਫਿਰ ਉਹਨੇ ਆਣ ਕੇ ਕਿਲਾ ਕੱਢਿਆ ਹਾਂਜੀ ਤੇ ਮੁੜ ਕੇ ਭਾਵੇਂ ਸਾਹਮਣੇ ਚੀਜ਼ ਰੱਖ ਕੇ ਸੋਝੋ ਮਜ਼ਾ ਕੋਈ ਨਹੀਂ ਸੀ ਉਹ ਹਾਦਰ ਜੋਇਆ ਨਹੀਂ ਹੁਣ ਕੁਣ ਬਾਅਦ ਪੁੱਤ ਪੁੱਤਰ ਤੇ ਤੀਆਂ ਉਹ ਸਾਡੇ ਆ ਨਾਲ 57 ਚਾਕਾ ਨਾਣੇ ਮੋੜ ਕੋਲ ਹਾਂਜੀ ਹਾਂਜੀ 57 ਉੱਥੇ ਬੈਠ ਜਾਓ ਜੋ ਇਹ ਹਾਦਰਖਾਨ ਜੋ ਇਹ ਦਾ ਅੱਛਾ ਬਜ਼ੁਰਗੋ ਅਗਰ ਕੋਈ ਪਿੰਡ ਦੀ ਹੋਰ ਕੋਈ ਤੁਹਾਨੂੰ ਯਾਦ ਤਾਜ਼ਾ ਕਰਨੀ ਹਾਂ ਲੜਾਈ ਮੈਂ ਇੱਕ ਵੇਖੀ ਆ ਹਾਂਜੀ ਆਪਣੀ ਅੱਖਾਂ ਨਾਲ ਹਾਂਜੀ ਉਹਦੇ ਚ ਮੇਰਾ ਚਾਚਾ ਵੀ ਸ਼ਾਮਲ ਹੋ ਗਿਆ ਸੀਗਾ ਹਾਂਜੀ ਸਰਦਾਰ ਨਾਲ ਜੱਟ ਨਾਲ ਸਿੱਖ ਨਾਲ ਲੜਾਈ ਹੋਈ ਕਿਸ਼ਨੇ ਦੇ ਭਰਾ ਦੇ ਨਾਲ ਹਾਂਜੀ ਉਹ ਇੱਕ ਸੀਗਾ ਤੇ ਉਹਨੂੰ ਕੁੱਟਣ ਮਾਰਨ ਵਾਲਾ ਡਾਂਗਾ ਛੋਟੀਆਂ ਹੀ ਹੁੰਦੀਆਂ ਸੀ ਜਿਆਦੇ ਹਾਂਜੀ ਤੇ ਕੋਦੋ ਗਰਮੀਆਂ ਦੇ ਦਿਨ ਸੀ ਅਸੀਂ ਕੋਠਿਆਂ ਤੇ ਪਏ ਹਾਂਜੀ ਉਹਨੇ ਪਿਛਲੇ ਬੰਨੇ ਡਾਂਗ ਥੱਲੇ ਲਾਏ ਤੇ ਛਾਲ ਮਾਰਤੀ ਹਾਂਜੀ ਅਸੀਂ ਉਹਨੂੰ ਬਾਪੂ ਸਰਦੇ ਸੀ ਚਾਚੇ ਨੂੰ ਹਾਂਜੀ ਉਹ ਮੈਂ ਆਖਿਆ ਆਪਦੇ ਪਿਓ ਨੂੰ ਬਾਪੂ ਪਿੱਛੇ ਦੀ ਚਲਾ ਗਿਆ ਹਾਂਜੀ ਤੇ ਲੜਾਈ ਹੁੰਦੀ ਉਹ ਕਹਿੰਦਾ ਕੰਜਰ ਨੇ ਨਾ ਪਸਾਦ ਖਾ ਮਾਰ ਆਪ ਦੀ ਲੱਤ ਪਸਾਦ ਦੀ ਹਾਂਜੀ ਉਹ ਆਂਦਾ ਆਪਣਾ ਭਰਾ ਸੀ ਸਰਦਾਰਾ ਉਹਨੂੰ ਕੁੱਟੰਡਾ ਹੈ ਹਾਂਜੀ ਉਹਨੇ ਜਾ ਕੇ ਅਠਾ ਦਸ ਬੰਦੇ ਨੇ ਡਾਂਗਾ ਚਲਾਇਆ ਨਾ ਤੇ ਉਹਨੇ ਉਹਦੇ ਉੱਤੋਂ ਦੀ ਡਾਂਗ ਕਰ ਦਿੱਤੀ ਉਹ ਡਿੱਗਿਆ ਪਿਆ ਸੀ ਹਾਂਜੀ ਬਚ ਕੇ ਕਹਿਣ ਲੱਗੇ ਬਈ ਆਖੋਖਰਾਂ ਦਾ ਬੰਦਾ ਵੀ ਵਿੱਚ ਆ ਗਿਆ ਤੇ ਉਹਨੇ ਵੀ ਘਾਰ ਮਾਰੀਆਂ ਮੂਰੀਆਂ ਸਟਾਂ ਹਟ ਗਏ ਲੋਕ ਵੀ ਹੁਣ ਇਹ ਘਰ ਜਾਦੇ ਆ ਖੋਖਰਾਂ ਦੇ ਹਾਂਜੀ ਇਹ ਸਾਨੂੰ ਪਹਿ ਜਾਣਗੇ ਹਾਂਜੀ ਕਿਉਂਕਿ ਇੱਕੋ ਦਾਦੇ ਦੇ ਘਰ 15 20 ਘਰ ਸੀਗੇ ਹਾਂਜੀ ਰੋਟੀ ਇੱਕ ਥਾਂ ਪੱਕਣੀ ਆ ਹਾਂਜੀ ਤੇ ਦਿਨੋਂ ਰੋਟੀ ਖਾ ਕੇ ਉੱਠਣਾ ਤੂੰ ਮੇਰੀ ਜੁੱਤੀ ਪਾ ਗਿਆ ਮੈਂ ਤੇਰੀ ਪਾ ਗਿਆ ਜੁੱਟੀਆਂ ਨੇ ਪਛਾਣ ਨਹੀਂ ਸੀ ਹੁੰਦੀ ਹਾਂਜੀ ਹਾਂ ਇੰਨਾ ਸਲੂਕ ਸੀ ਸਾਡੇ ਮੈਂ ਅਖੀਂ ਦਾਦੇ ਮਰੀਰ ਪੜਦਾ ਦੀ ਮਰੀ ਵੇਖੀ ਆ ਇੱਧਰ ਆ ਕੇ ਹਾਂਜੀ ਉਹਨੇ ਪੀੜੀ ਰੱਖ ਲੈਣੀ ਜਿੰਨੀਆਂ ਨੌਂਾਂ ਸੀ ਚਾਰੀਆਂ ਨੇ ਹਰ ਕੰਮ ਆਪੋ ਆਪਣੇ ਕਰਕੇ ਤੇ ਪਕਾ ਕੇ ਦਾਦੀ ਦੇ ਕੋਲੇ ਰੱਖ ਦੇਣਾ ਹਾਂਜੀ ਉਹ ਪਟਦਾਦੀ ਨੇ ਵਰਤਉਣੀ ਰੋਟੀ ਹਾਂ ਬਰਕਤ ਪਵੇ ਵੱਡ ਬਡੇਰਿਆਂ ਦੇ ਹੱਥੋਂ ਉਹਨੇ ਰੋਟੀ ਪਕਾਉ ਉਹ ਨਾ ਜੀ ਚੀਜ਼ਾਂ ਹੀ ਸਾਡੇ ਕੋਲੋਂ ਖੋਲੀਆਂ ਖੋਲੀਆਂ ਹਾਂ ਉਹ ਚੀਜ਼ਾਂ ਹੀ ਸਾਡੇ ਤੋਂ ਖੋਲੀਆਂ ਹੁਣ ਤਾਂ ਪੁੱਤ ਜਿਹੜਾ ਪਿਓ ਨੂੰ ਨਹੀਂ ਦੇਖ ਕੇ ਰਾਜੀ ਸਹੀ ਗੱਲ ਹੈ ਕੋਈ ਹਾਲਾਤ ਉਹਦੇ ਵਾਸਤੇ ਨਹੀਂ ਹਾਂ ਜੀ ਮੰਗਾਈ ਇਹ ਨਹੀਂ ਹੋ ਗਈ ਜੀ ਆ ਜਿਹੜੀ ਟੱਕ ਤੋੜਦਾ ਜੀ ਮੰਗਾਈ ਨੇ ਮੰਗਾਈ ਟੋਲਾ ਬਾ ਵੀ ਆ ਧਰਤੀ ਜਿਹੜੀ ਆ ਨਾ ਹਾਂਜੀ ਇਹ ਧਰਤੀ ਆ ਨਗਾਯਾ ਅੱਛਾ ਇਹਦੇ ਬਾਰੇ ਦੱਸੋ ਸਾਨੂੰ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਨਗਾਯਾ ਧਰਤੀ ਆ ਜਿੱਥੇ ਇਸ ਟਾਈਮ ਆਪਾਂ ਬੈਠੇ ਆ ਜਿੱਥੇ ਬੈਠੇ ਆ ਹਾਂਜੀ ਇਹਦੇ ਤੇ ਨਾ ਸ਼ਰਮ ਨਾ ਲਿਆ ਜੇ ਹਾਂਜੀ ਕਿਸੇ ਦਾ ਕੋਈ ਨਹੀਂ ਹਾਂਜੀ ਜਿਹਦੀ ਧੀ ਆ ਉਹਦੀ ਧੀ ਆ ਦੂਗੇ ਦੀ ਨਹੀਂ ਤਾਂ ਲਸ਼ਮਣ ਹੁੰਦਾ ਸੀ ਅੱਲਾ ਦਾ ਜਿਵੇਂ ਆਪਾਂ ਬਲੀ ਕਾਪਦੇ ਕਹਿੰਦੇ ਆ ਬਜ਼ੁਰਗਾਂ ਨੂੰ ਹਾਂਜੀ ਹਾਂਜੀ ਉਹ ਵੀ ਇੱਕ ਬਲੀ ਸੀਗਾ ਹਾਂਜੀ ਉਹਦਾ ਮਾਏ ਬਾਪ ਜਿਹੜਾ ਸੀ ਨਾ ਜੂੜਿਆ ਵਾ ਜਾਨੀ ਟੋਕਰੇਾਂ ਦੇ ਵਿੱਚ ਬਾ ਕੇ ਨਾ ਹਾਂਜੀ ਦੋਵੇਂ ਪਾਸੇ ਲੱਕੜ ਬੰਨ ਕੇ ਤੇ ਮੋਢੇ ਤੇ ਰੱਖ ਕੇ ਤੇ ਚੁੱਪੀ ਫਿਰਦਾ ਹੁੰਦਾ ਸੀ ਹਾਂਜੀ ਉਹਨੂੰ ਵੰਗੀ ਛਾਦੇ ਹੁੰਦੇ ਸੀ ਹਾਂਜੀ ਉਹਨ ਪਿਆ ਨੂੰ ਟੋਕਰੇ ਚਾਣ ਪਾਣੀ ਖੋਣਾ ਉਹਦੇ ਹੱਥ ਨਾਲ ਪਾਣੀ ਤਾਂ ਨਹੀਂ ਹਰ ਛਾਏ ਉਹਨਾਂ ਦੀ ਸੇਵਾ ਕਰਨੀ ਉਹ ਲਾ ਕੇ ਇੱਧਰ ਆ ਗਿਆ ਹਾਂ ਸੈਲ ਕਰਾਉਣਾ ਇਸ ਧਰਤੀ ਦੇ ਵਿੱਚ ਆ ਗਿਆ ਹਾਂਜੀ ਇੱਧਰ ਆਣ ਕੇ ਜਦੋਂ ਟੋਕਰੇ ਰੱਖੇ ਹਾਂਜੀ ਤੇ ਧਰਤੀ ਬਦਲ ਗਈ ਧਰਤੀ ਬਦਲ ਕੇ ਕਹਿਣ ਲੱਗਾ ਜੇ ਮੈਨੂੰ ਮੈਨੂੰ ਕਰਾਇਆ ਦੇ ਦਿਓ ਉਹਨਾਂ ਨੇ ਆਖਿਆ ਵੀ ਅੱਜ ਤਾਈਂ ਸਾਡੇ ਅੱਗੇ ਇਸ ਤਰ੍ਹਾਂ ਰਿਆ ਹਾਂਜੀ ਇੱਥੇ ਆਣ ਕੇ ਇਹਨੇ ਕਰਾਇਆ ਮੰਗ ਲਿਆ ਹਾਂਜੀ ਕੋਈ ਰੋਲਾ ਕੋਈ ਰੋਲਾ ਆਖੇ ਜਾਣੇ ਸੀ ਅੱਲਾ ਦੇ ਬੰਦੇ ਸੀਗੇ ਹਾਂਜੀ ਉਹਨਾਂ ਨੇ ਆਖਿਆ ਵੀ ਪਾਣੀ ਲਿਆ ਹਾਂਜੀ ਤੈਨੂੰ ਕਰਾਇਆ ਦਿੰਦੇ ਆ ਹਾਂਜੀ ਉਹ ਪਾਣੀ ਲੈਣ ਚਲਾ ਗਿਆ ਉੱਥੋਂ ਢੋਕਰਿਆਂ ਚ ਪਿਆਨੇ ਮਿੱਟੀ ਦਾ ਬੋਕਰ ਜਿਹੜਾ ਇਕੱਠਾ ਕਰਕੇ ਤੇ ਨਾਲ ਰੱਖ ਲਿਆ ਸਾਫ ਇਸ ਬੰਨ ਲਿਆ ਆਇਆ ਹਾਂਜੀ ਕਰਾਇਆ ਲੈਣਾ ਹਾਂਜੀ ਆਖੇ ਕਹਿਣ ਲੱਗੇ ਫਿਰ ਜਿੱਥੋਂ ਸਾਨੂੰ ਲਿਆ ਉੱਥੇ ਲੈ ਚੱਲ ਉੱਥੇ ਜਾ ਕੇ ਕਰਾਇਆ ਦੀ ਆਹਨ ਜਾਣ ਦਾ ਕਰਾਇਆ ਉੱਥੇ ਹੀ ਲੈ ਲਈ ਹਾਂਜੀ ਉੱਥੇ ਲੈ ਗਿਆ ਉਹ ਸਟਰਤੀ ਦੇ ਵਿੱਚ ਜਦੋਂ ਜਾ ਕੇ ਰੱਖਿਆ ਹਾਂ ਵੀ ਕਰਾਇਆ ਲੈਣਾ ਕਹਿਣ ਲੱਗਾ ਤੋ ਵਾ ਤੋ ਵਾ ਮੇਰੀ ਮਾਂ ਮੈਂ ਤੋ ਹੱਥੋਂ ਕਰਾਇਆ ਲਵਾ ਉਹਨੇ ਆਖਿਆ ਅੱਛਾ ਉਹ ਫੇਰ ਕਿਸੇ ਕੰਮ ਕਰ ਲਿਆ ਤੇ ਉਹ ਮਿੱਟੀ ਉੱਥੇ ਖਲਾਰਤੀ ਟੋਕਰਾਂ ਦੇ ਜਿੱਥੇ ਰੱਖਣ ਕੇ ਖਲੋਣਾ ਸੀ ਫੇਰ ਪੁੱਛਿਆ ਹਾਂ ਮੈਨੂੰ ਆਪਦਾ ਮਾਫਜਾ ਲਾਲਾ ਕਰਾਇਆ ਲੈਣਾ ਕਹਿੰਦਾ ਤੁਹਾਡੀ ਮਰਜ਼ੀ ਹੈ ਤੁਹਾਡੀ ਮਰਜ਼ੀ ਆ ਕੇ ਮਿੱਟੀ ਬਦਲ ਗਈ ਫਿਰ ਹਾਂ ਹਾਂ ਤੇ ਹੁਣ ਉਹਨਾਂ ਨੇ ਆਖਿਆ ਵੀ ਇਹਦਾ ਵਸ ਨਹੀਂ ਇਹ ਮਿੱਟੀ ਦਾ ਹੀ ਕਸੂਰ ਹੈ ਇਹਦਾ ਨਾਂ ਨਗਾਇਆ ਧਰਤੀ ਵੀ ਨੰਗੀ ਧਰਤੀ ਹੈ ਅੱਛਾ ਜਿਹੜੀ ਜਿਹੜੀ ਜਗ੍ਹਾ ਤੇ ਆਪਾਂ ਜਿਹੜੀ ਪੱਟੀ ਤੇ ਆਪਾਂ ਬੈਠੇ ਆ ਬੈਠੀ ਨੂੰ ਨਗਾਇਆ ਕਹਿੰਦੇ ਆ ਨਗਾਇਆ ਧਰਤੀ ਕਹਿੰਦੇ ਨੇ ਧਰਤੀ ਦੇ ਵਿੱਚ ਬੜਾ ਅਸਰ ਹੁੰਦਾ ਧਰਤੀ ਦੇ ਵਿੱਚ ਕਿਉਂ ਉਧਰ ਅਮਾਨ ਸਿੱਖਾਂ ਦਾ ਵੀ ਮੁਸਲਮਾਨਾਂ ਦਾ ਵੀ ਚੂੜਿਆਂ ਦਾ ਇੱਕ ਸੀ ਹਾਂਜੀ ਕਿਉਂ ਨਾ ਕਿਸੇ ਦੀ ਧੀ ਪਹਿਣ ਵਾਲੀ ਮੈਲੀ ਅੱਖ ਵੇਖਣਾ ਨਾ ਕਿਸੇ ਦੀ ਇੱਜ਼ਤ ਹੀ ਰੱਖਣੀ ਵੀ ਚੂੜੇ ਦੀ ਤੇ ਯਾਰ ਸਿੱਖਾਂ ਨੇ ਵੀ ਕਹਣੀ ਸਾਡੇ ਪਿੰਡ ਦੀ ਧੀ ਸਿੱਖਾਂ ਚੂੜਿਆਂ ਦਾ ਜੋਈ ਆ ਗਿਆ ਸਿੱਖਾਂ ਨੇ ਮੰਜਾ ਡਾਉਣਾ ਕਹਣਾ ਪਿੰਡ ਦਾ ਜੋਈ ਹੈ ਤੇ ਹੁਣ ਪਰਾ ਦਾ ਜੋਈ ਆ ਤੇ ਦੂਜੇ ਪਰਾ ਨੇ ਕਹਣਾ ਮੈਂ ਟਕਰੇਲ ਪੱਜਾ ਫਰਦਾ ਤਾਂ ਚੋਤੀ ਜਿਗ ਦਿਨ ਆ ਜਾਂਦਾ ਹੁਣ ਆ ਹਾਲਾਤ ਇਹ ਧਰਤੀ ਨਿਗਾਹਿਆ ਨਹੀਂ ਸਹੀ ਗੱਲ ਹੈ। ਜੀ। ਅੱਛਾ ਬਜ਼ੁਰਗੋ ਜਦੋਂ ਸਾਨੂੰ 1947 ਦੀ ਵੰਡ ਹੋਈ ਹੈ। ਜੀ। ਤੇ ਉਸ ਵੰਡ ਬਾਰੇ ਦੱਸੋ ਲੱਭੀ ਤੁਸੀਂ ਉਦੋਂ ਕਿੱਥੇ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਲੱਭੀ ਵੰਡ ਹੋ ਗਈ ਹੈ 47 ਦੀ। ਢੇਰਿਆਂ ਦਾ ਪਿੰਡ ਛੱਡ ਕੇ ਤੇ ਸਾਨੂੰ ਹੁਣ ਪਾਕਿਸਤਾਨ ਜਾਣਾ ਪੈਣਾ। ਤੁਸੀਂ ਰਸਤੇ 'ਚ ਕੀ ਮੁਸ਼ਕਿਲਾਂ ਦੇਖੀ ਉਸ ਪਿੰਡ 'ਚ ਤੁਹਾਨੂੰ ਕਿਹੜੇ ਬੰਦੇ ਸੀ ਜਿਹੜੇ ਪਿੰਡਾਂ ਪਿੰਡ ਦੇ ਬੰਦਿਆਂ ਨੇ ਤੁਹਾਡਾ ਸਾਥ ਦਿੱਤਾ ਜਿਹੜਾ ਕੁਝ ਵੀ ਦੇਖਿਆ ਨਾ ਤੁਸੀਂ 47 ਵੇਲੇ ਦਾ ਉਹ ਸਾਨੂੰ ਸਾਰਾ ਕੁਝ ਦੱਸੋ। ਦੇਖੋ ਜੀ ਪਹਿਲਾਂ ਅਸੀਂ ਗੱਲਾਂ ਸੁਣਨੀਆਂ ਮਾਲਚਾਰਨ ਗਿਆਨੇ ਤੇ ਸਿੱਖਾਂ ਨੇ ਕਰਨਾ ਇੱਕ ਟਾਈਮ ਐਸਾ ਆਉਣ ਵਾਲਾ ਹਾਂਜੀ ਤੇ 10-10 ਬੰਦਿਆਂ ਦੀ ਪਾਲ ਬਣੇ ਸਿੱਕੇ ਨਾਲ ਦੀ ਮੁਸਲਮਾਨਾਂ ਦੀ ਕਲਿਆਰ ਕੇ ਤੇ ਇੱਕ ਤਲਵਾਰ ਨਾਲ ਸਿਰ ਲੈਣੇ ਅੱਛਾ ਇਹੋ ਜੀਆਂ ਗੱਲਾਂ ਸੁਣਨੀਆਂ ਹਾਂਜੀ ਮੁੜ ਕੇ ਇਹ ਬਾਬੇ ਕਹਦੇ ਆ ਤੁਮ ਨੇ ਨੇਕੀ ਸਾਡੇ ਤੇ ਕੀਤੀ ਐ ਸਿੱਖਾ ਤੁਮ ਨਹੀਂ اولاد ਹੁੰਦੇ ਹਾਂਜੀ ਤੇ ਉਹਨੇ ਆ ਟੋਟਾ ਬਣਾਤਾ ਨਹੀਂ ਤੇ ਕੋਈ ਥਾਂ ਨਹੀਂ ਸੀ ਸਾਡੇ ਬਹਿਣ ਨੂੰ ਹਾਂਜੀ ਤੇ ਮਸਲਾ ਆਇਆ ਸਾਡੇ ਨਾਲ ਨੇਕੀ ਕੀਤੀ ਆ ਕਿਸਨੇ ਨੇ ਜ ਸਿੱਖ ਨੇ ਹਾਂਜੀ ਤੇ ਉਹਦੇ ਭਰਾ ਨੇ ਸਰਦਾਰੇ ਨੇ ਹਾਂਜੀ ਜਾਂ ਭਗਵਾਨ ਨੇ ਉਹਨੇ ਆਖਿਆ ਸਾਡੇ ਭਰਾ ਸੀ ਜਿਹੇ ਵਿੱਚ ਵਸਦੇ ਸੀ ਆਪਣੇ ਵਿਚਾਲੇ ਬੈਠੇ ਸੀ ਹਾਂਜੀ ਇਹਨਾਂ ਨੂੰ ਬਾਜ ਦਸ ਛੱਡ ਕੇ ਆ ਉਹਦੇ ਕੋਲੇ ਉਦੋਂ ਰੈਫਲ ਘਟ ਸੀ ਉਸ ਸਿੱਖ ਕੋਲੇ ਰੈਫਲ ਹੁੰਦੀ ਕਿਹੜੇ ਕੋਲੇ ਡੈਕੁੱਲ ਸੀ ਉਦੋਂ ਵਕਤ ਕਿਛਨੇ ਕੋਲੇ ਕਿਛਨੇ ਕੋਲੇ ਪਿੰਡ ਦਾ ਦੱਸੋ ਲੈ ਪਿੰਡ ਦੇ ਵਿੱਚ ਤੁਸੀਂ ਕੀ ਮਾਲ ਵੇਖਿਆ ਪਿੰਡ ਦੇ ਵਿੱਚ ਜਦੋਂ ਅਸੀਂ ਉੱਥੋਂ ਨਿਕਲ ਗਏ ਆ ਨਾ ਇੱਕ ਦਿਨ ਪਹਿਲਾਂ ਅੱਛਾ ਤੇ ਬਾਅਦ ਵਿੱਚ ਅੱਗ ਮੱਚੀ ਸਾਡੇ ਬਾਕੀ ਸਾਰੇ ਤਾਏ ਚਾਚੇ ਔਰੇ ਪੂਰੇ ਬਾਤ ਉੱਠੇ ਆ ਉਥੋਂ ਅੱਛਾ ਅਸੀਂ ਸਾਡਾ ਹੀ ਘਰ ਪਹਿਲਾਂ ਉਹ ਸਿੱਖ ਲੈ ਗਿਆ ਹਾਂਜੀ ਬਲ ਤੁਹਾਨੂੰ ਮੈਂ ਆਸ ਤੇ ਛੱਡਿਆਉਣਾ 15 ਦਿਨਾਂ ਦੀ ਗੱਲ ਆ ਫੇਰ ਉੱਥੋਂ ਲੈ ਆਵਾਂਗੇ ਹਾਂਜੀ ਕਾਸ਼ੇ 15ਵੇਂ ਰੋਜ਼ੇ ਨਿਕਲਿਆ ਕਰੋ ਹਾਂਜੀ ਇਹ ਸਾਨੂੰ ਰਾਜਾ ਵਾਲੇ ਆਈ ਹੈ ਉੱਥੋਂ ਕਿਹੜੇ ਕਿਹੜੇ ਰਸਤੇ ਸਾਨੀ ਦੀ ਲੰਗੇ ਸੀ ਤੁਸੀਂ ਅਸੀਂ ਜੀ ਸਿੱਧ ਆਪਣੇ ਸਮਾਲਸਰ ਵਾਲੇ ਪਾਸੇ ਨੂੰ ਸੜਕ ਨੂੰ ਇਸ ਦੇ ਗਏ ਹਾਂ ਹਾਂਜੀ ਪਹਿਲਾਂ ਰਾਜਾਣਾ ਆਇਆ ਫਿਰ ਸਮਾਲਸਰ ਆਈ ਉੱਥੇ ਵੀ ਸਿੱਖ ਖੜੇ ਮਾਰਨ ਨੂੰ ਹਾਂਜੀ ਉਹਨੇ ਕਿਸ ਨੇ ਆ ਕੇ ਖਬਰਦਾਰ ਮੱਪੋਂ ਨੂੰ ਜੇ ਕਿਸੇ ਨੇ ਗਾਂ ਹੋਏ ਹਾਂਜੀ ਔਰ ਖੜੇ ਰਹਿ ਸਿੱਖ ਉਦੋਂ ਅੱਗੇ ਫਿਰ ਸਮਾਲਸਰ ਤੋਂ ਅਗ ਰਾਜਿਆਣਾ ਆ ਗਿਆ ਹਾਂਜੀ ਰਾਜਿਆਣੇ ਤੋਂ ਛੜਕਮੂੜੀ ਸੱਜੇ ਹੱਥ ਫਰੀਦਕੋਟ ਵਾਲੀ ਹਾਂਜੀ ਫਰੀਦਕੋਟ ਦਾ ਕਾਫਲਾ ਕਿੱਡਾ ਸੀਗਾ ਆਪਣਾ ਕਿੱਥੇ ਤੁਸੀਂ ਇਕੱਠੇ ਹੋਏ ਆਪਣੇ ਪਿੰਡ ਦੇ ਕਿੰਨੇ ਕੁ ਲੋਕ ਸੀਗੇ ਉਸ ਕਾਫਲੇ ਦੇ ਵਿੱਚ ਜਦੋਂ ਇਹ ਇਹ ਤਾਂ ਅਸੀਂ ਸਾਨੂੰ ਕੱਲਿਆਂ ਨੂੰ ਛੱਡ ਕੇ ਆਇਆ ਨਾ ਹਾਂਜੀ ਤੇ ਮਗਰੋਂ ਸਾਨੂੰ ਗੋਲੇ ਵਾਲੇ ਦਾ ਆਖਿਆ ਵੀ ਉੱਥੇ ਇਕੱਠੇ ਹੋਣਿਆ ਹਾਂਜੀ ਗੋਲੇ ਵਾਲੇ ਅਸੀਂ ਇਕੱਠੇ ਹੋਏ ਹਾਂਜੀ ਬਹੁਤ ਦੁਨੀਆ ਇਕੱਠੀ ਹੋਈ ਉੱਥੇ ਹਾਂਜੀ ਤੇ ਜਦੋਂ ਉਥੋਂ ਤੁਰੇ ਆ ਕਮ ਸੇ ਕਮ 15 16 ਮੀਲ ਦਾ ਇੰਨਾ ਹੈ ਸੀਗਾ ਵਕਵਾਜੀ ਦੇ ਚ ਆਦਮ ਤੁਰਿਆ ਵੇ ਐਡਾ ਲੰਮਾ ਕਾਫਲਾ ਸੀ ਐਡਾ ਲੰਮਾ 15 ਕਿਲੋਮੀਟਰਾਂ ਦੇ ਚ ਕਾਫਲਾ ਸੀ ਹਾਂਜੀ ਤੇ ਜਦੋਂ ਅਸੀਂ ਮੋਕਸਰ ਟੱਪਿਆ ਨਾ ਹਾਂਜੀ ਇੰਨਾ ਕੁ ਰਹਿ ਗਿਆ ਹੋਊਗਾ ਵੀ ਜੇ ਮੈਂ ਇੱਥੋਂ ਹੁਣ ਤੁਸੀਂ ਬੂਰਾ ਲਾ ਲਓ ਸਿਰਫ 4-5 ਕਿਲੋਮੀਟਰ ਕਾਫਲਾ ਰਹਿ ਗਿਆ ਬਾਕੀ ਲੋਕ ਕਿਧਰ ਗਏ ਬਾਕੀ ਮਾਰੇ ਵੱਡੇ ਖਪੇ ਤੇ ਇਹਦੇ ਨਾਲ ਸੀ ਜਦੋਂ ਵਾਪਸ ਮੋੜਿਆ ਨਾ ਮੁਸਲਮਾਨ ਮਲਟਰੀ ਨੇ ਹਾਂਜੀ ਉਥੋਂ ਦੇ ਤੇ ਲਾਸ਼ ਛੜਕ ਦੇ ਉੱਤੇ ਫੁੱਲੀਆਂ ਪਈਆਂ ਤੇ ਜਿਹੜੇ ਜਵਾਨ ਮੁੰਡੇ ਸੀ ਉਹਨਾਂ ਨੇ ਖਿੱਚ-ਖਿੱਚ ਕੇ ਤੇ ਖਤਾਨਾ ਦੇ ਵਿੱਚ ਕੀਤਿਆਂ ਛੜਕ ਬਹਿਲੀ ਕੀਤੀ ਇੰਨੀ ਦੁਨੀਆ ਵੱਡੀ ਜਿਹੜੀ ਨਾ ਤੇ ਆ ਜਿ ਪਰੇ ਪੈ ਸੀ ਜੇ ਜਿਹੜੇ ਕਤਾਨ ਸੀ ਹਾਂਜੀ ਉਹ ਸਾਡੇ ਤਾਏ ਦਾ ਪੁੱਤ ਹੁਣ ਨਹੀਂ ਉਧਰੋਂ ਆਉਂਦਾ ਅੱਗੇ ਆਉਂਦਾ ਸੀ 10-12 ਸਾਲ ਆ ਹੋ ਗਿਆ ਹਾਂਜੀ ਉਹ ਪਰਮਿਟ ਤੇ ਆਉਂਦਾ ਸੀਗਾ ਉਹ ਦੱਸਦਾ ਹੁੰਦਾ ਜਦੋਂ ਉਹ ਟਾਈਮ ਆਉਂਦਾ ਨਾ ਦਿਨ ਦੇ 12 ਵਜੇ ਉੱਥੇ ਹੜ ਬੋਲਦਾ ਲੁੱਟੇ ਗਏ ਉਹ ਮਾਰੇ ਗਏ ਉਹ ਲੁੱਟੇ ਗਏ ਮਾਰੇ ਗਏ ਉੱਥੇ ਹੜ ਬੋਲਣ ਲੱਗ ਜਾਂਦਾ ਅਜੇ ਵੀ ਕਿਉਂਕਿ ਉਹ ਨਾ ਉਹਨਾਂ ਦਾ ਜਨਾਜ਼ਾ ਹੋਇਆ ਮੁਸਲਮਾਨ ਸੀ ਨਾ ਉਹਨਾਂ ਦੀ ਕੋਈ ਕਬਰ ਬਣੀ ਗੀਂਦੀਆਂ ਜਾਨਾ ਮਾਰੀਆਂ ਤੇ ਉੱਥੇ ਉਹ ਰੌਲੀ ਹੀ ਮਰ ਗਏ ਲੁੱਟੇ ਗਏ ਇਹੋ ਹੀ ਰੌਲੀ ਆ ਕਿ ਸੋਣੀ ਦੀ ਰਸਤੇ ਜੀ ਤੁਸੀਂ ਕੀ ਕੀ ਦੇਖਿਆ ਹੋਰ ਕੀ ਮਸਲਾ ਨਾ ਮੁਸ਼ਕਿਲਾਂ ਦੇਖਿਓ ਦੱਸੋ ਸਾਨੂੰ ਮੁਸ਼ਕਿਲਾਂ ਇਹ ਸੀ ਜਦੋਂ ਅਸੀਂ ਵਾਪਸ ਮੁੜਿਆ ਨਾ ਉਤਰੋ ਮੁਕਸਰ ਆਲੋਂ ਮੁਕ ਵਾਪਸ ਘਾਤੋਂ ਮੁੜੇ ਵਾਪਸ ਮੁੜਿਆ ਉਹ ਅਗਲਾ ਸਲੇਮਾਨਹਾੜ ਸਿੱਖਾਂ ਨੇ ਰੋਕਿਆ ਸੀ ਵੀ ਇੱਕ ਨਹੀਂ ਗਾਂ ਨੰਗਨ ਦੇਣਾ ਅੱਛਾ ਮਾਰ ਦੇਣਾ ਹਾਂਜੀ ਤੇ ਮੁਸਲਮਾਨਾਂ ਦੀ ਮਲਟਰੀ ਫੇਰ ਸਾਨੂੰ ਲੈ ਕੇ ਪਿੱਛੇ ਮੁੜੀ ਹਾਂਜੀ ਫਰੀਦਕੋਟ ਵਾਲੇ ਛੜਕ ਨਹੀਂ ਹਾਂਜੀ ਫਰੀਦਕੋਟੋਂ ਫੇਰ ਸਿੱਧੇ ਕੀਤੇ ਗੋਲੇ ਵਾਲੇ ਨੂੰ ਹਾਂਜੀ ਤੇ ਰਾਹ ਦੇ ਵਿੱਚ ਮੋਕਸਾ ਟੱਪ ਦੇ ਗਏ ਤਾਂ ਡਰਮ ਭਰ-ਭਰ ਪਾਣੀ ਦੇ ਸਿੱਖ ਬੈਠੇ ਤੇ ਛੋਲੇ ਨੂੰ ਯਾਰ ਲਾ ਕੇ ਪੁੰਨਿਆਂ ਨੂੰ ਤੇ ਰੱਖੀ ਵੀ ਬੈਲਾ ਲੋ ਖਾ ਲੋ ਤੇ ਪਾਣੀ ਇਹਨਾਂ ਨੇ ਮਲਟੜੀ ਮੈਂਨਾਂ ਨੇ ਆਖਿਆ ਜਿਹੜੇ ਮਲਟੜੀ ਦੇ ਬੰਦੇ ਸੀ ਬਈ ਨਾ ਕੋਈ ਪਾਣੀ ਪੀਓ ਨਾ ਕਿਸੇ ਚੀਜ਼ ਲੈ ਕੇ ਖਾਓ ਇਹਨਾਂ ਨੂੰ ਯਾਰ ਲੱਗੀ ਹੈ ਕਿਸੇ ਨੇ ਨਹੀਂ ਲਈ ਉਸ ਮੁੜ ਕੇ ਫੇਰ ਸਾਨੂੰ ਆ ਹੈਡ ਗੰਡਾ ਸਾਂਪ ਚਟ ਪਾਇਆ ਬਹੁਤ ਅਸੀਂ ਮੁਸੀਬਤਾਂ ਵੇਖੀਆਂ ਵੇਖ ਕੇ ਅੱਖਾਂ ਦੇ ਨਾਲ ਸਾਡੇ ਸਾਹਮਣੇ ਖਲੋਤੇ ਤੀਆਂ ਪੈਣਾ ਨੂੰ ਖਿੱਚ ਕੇ ਲੈ ਜਾਂਦੇ ਸੀ ਤਵਾਸ ਕੋਈ ਨਹੀਂ ਚੱਲਦਾ ਸੀਗਾ ਕਿਸੇ ਦਾ ਬੱਸ ਕੋਲੇ ਅੱਕ ਦੀ ਛੋਟੀ ਵੀ ਮੁਸਲਮਾਨਾਂ ਦੇ ਕੋਲੇ ਹੈ ਨਹੀਂ ਸੀ ਇਹ ਦੀ ਸੀਗਾ ਕੋਈ ਡਾਂਗ ਨਹੀਂ ਸੀ ਕੋਈ ਛੋਟੀ ਨਹੀਂ ਸੀ ਵੇਲੇ ਹੱਥਾਂ ਤੋਂ ਕਹਣਾ ਤੋਂ ਕਬਲੀ ਪਾਂਡਾ ਵੀ ਨਹੀਂ ਕੋਈ ਚੁੱਕਿਆ ਸੀਗਾ ਜਿਹਦੇ ਵਿੱਚ ਕੋਈ ਬਹਿ ਕੇ ਖਾ ਪੀ ਲੈਣਗੇ ਜਦੋਂ ਆਪਾਂ 47 ਵੇਲੇ ਆਪਦੇ ਘਰੋਂ ਘਰੋਂ ਨਿਕਲੇ ਆ ਹਾਂਜੀ ਤੇ ਘਰ ਦਾ ਫਿਰ ਤੁਸੀਂ 21 ਦੇ سپੁਰਦ ਕਰਕੇ ਆਏ ਆ ਕਿਸ ਨੇ ਸਿੱਖਦੇ ਉਹ ਹੋਈ ਸਾਡਾ ਆਪਣੇ ਘਰ ਕੀ ਕੀ ਹੁੰਦਾ ਸੀਗਾ ਉਦੋਂ ਇੱਕ ਸੱਜਰ ਸੌਣ ਵਾਲੇ ਮੱਝ ਸੀਗੇ ਦੋ ਘੋੜੇ ਸੀਗੇ ਟਾਂਗਾ ਗੋਹਦੇ ਨੇ ਇੱਕ ਮੇਰਾ ਚਾਚਾ ਟਾਂਗਾ ਲੈ ਜਾਂਦਾ ਹੈਗਾ ਪਿਓ ਦਾ ਤਾਂ ਫਿਰ ਥਾਣੇ 'ਚ ਹੀ ਰਹਿੰਦਾ ਸੀ ਹਾਂਜੀ ਤੇ ਬੱਕਰੀਆਂ ਸੀ ਦੋ ਤਿੰਨ ਹਾਂਜੀ ਤੇ ਇਸੇ ਤਰ੍ਹਾਂ ਬਾਸੋ ਲਾਲਚ ਲੱਗੇ ਰਹਿੰਦੇ ਮੈਨੂੰ ਲਾਲਚ ਲਾ ਲੈਂਦੇ ਸੀ ਵੀ ਬਾਹਰ ਫਿਰ ਤੋਰ ਲਿਆ ਕਰੂ ਹਾਂਜੀ ਆਹ ਉਦੋਂ ਜ਼ਮੀਨ ਜੜੀ ਆ ਉਦੋਂ ਹੈ ਨਹੀਂ ਸੀ ਸਾਡੀ ਜੇ ਜਦੋਂ ਫਿਰ ਤੁਸੀਂ 47 ਵੇਲੇ ਕਿਹੜਾ ਤੁਸੀਂ ਫਿਰ ਬਾਰਡਰ ਕਰਾਸ ਕੀਤਾ ਤੁਹਾਡੇ ਕੋਲੇ ਖਾਣ ਪੀਣ ਨੂੰ ਕੀ ਸੀਗਾ ਕਦ ਨਾਲ ਗੁਜ਼ਾਰਾ ਕਰਦੇ ਸੀ ਤਨ ਤਨ ਇਹੋ ਜਿਹੜਾ ਇੱਥੇ ਆਣ ਕੇ ਹਾਈਡ ਤੋਂ ਅਜੇ ਬਾਹਰ ਦਿੱਤਾ ਨਾ ਸਾਨੂੰ ਇੰਡੀਆ ਵਾਲੀ ਫੌਜ ਨੇ ਆਟਾ ਹਾਂਜੀ ਉਹ ਵੇਖਿਆ ਰਾਹ ਦੇ ਵਿੱਚ ਤਾਂ ਮਿਰਚਾਂ ਦੇ ਪੱਤੇ ਤੋੜ ਟਾਲੀਆਂ ਦੇ ਤੋੜ ਉਹ ਤੱਤੇ ਠੰਡੇ ਕਰਕੇ ਖਾ ਕੇ ਗੁਜ਼ਾਰਾ ਕੀਤਾ ਡਾਲੀਆਂ ਦੇ ਪੱਤੇ ਸੂਤ-ਸੂਤ ਕੇ ਖਾ ਕੇ ਪਾਕਿਸਤਾਨ ਪਹੁੰਚੇ ਆ। ਤੇ ਗੰਡਾ ਸੋ ਹਾਰਡ ਸਾਨੂੰ ਇਹ ਬਾਦ ਡਟ ਪਾਇਆ। ਹਾਂਜੀ। ਬਹੁਤ ਸਾਡੇ ਨਾਲ ਜਾਂਸਤੀਆਂ ਹੋਈਆਂ। ਦੇਖ ਜਦੋਂ ਕਿਤੇ ਜੇ ਤਾਂ ਆ ਜਾਂਦਾ ਸਰੀਰ ਦੇ ਲੋਕ ਖੜੇ ਹੋ ਜਾਂਦੇ। ਸਹੀ ਗੱਲ। ਤੇ ਰੋਣਾ ਆ ਜਾਂਦਾ। ਅੱਜ ਇਸ ਲੋੜ ਦੇ ਗੱਲ ਕਰੀ ਦੀਆਂ ਤੇ ਕਹਿੰਦੇ ਬਾਬਾ ਘਰੇ। ਬਾਤਾ ਪਾਉਂਦਾ ਕਿ ਝੂਠ ਹੀ ਮਾਰੀ ਜਾਂਦਾ ਇੱਕ ਬਹੁਤ ਬੁਰਾ ਵਕਤ ਸੀ ਬਹੁਤ ਵਕਤ ਬੁਰਾ ਵੇਖਿਆ ਅੱਛਾ ਬਜ਼ੁਰਗੋ ਸਾਨੂੰ ਹੁਣ ਤੁਸੀਂ ਇਹ ਦੱਸੋ ਲੈ ਵੀ ਉਹ ਜਿਹੜਾ ਪੁਰਾਣਾ ਘਰ ਹੈ ਜੀ ਮਾਪਿਓ ਦਾ ਪੁਰਾਣਾ ਘਰ ਹੈ ਜਿੱਥੇ ਤੁਹਾਡਾ ਮਾਪਿਓ ਤੁਸੀਂ ਆਪਦੇ ਘਰੇ ਤੋਂ ਦੇ ਫਿਰ ਦੇ ਦੇਖ ਕੇ ਉਹ ਘਰ ਯਾਦ ਆਉਂਦਾ ਵੈ ਬਹੁਤ ਯਾਦ ਆਉਂਦਾ ਅੱਖਾਂ ਅੱਗੇ ਰਹਿੰਦਾ ਹਰ ਕੋ ਕਿਉਂਕਿ ਗਾਂਢ ਗਾਂਢ ਸਿੱਖ ਵੀ ਕੀ ਚੂੜੇ ਕੀ ਹਰ ਕੋਈ ਇੱਜ਼ਤ ਕਰਦੇ ਸੀ ਮੇਰੇ ਪਿਓ ਦੀ ਜਾਨ ਲਾ ਲੋ ਵੀ ਥਾਣੇ ਵਾਲਾ ਨਾ ਰਹਿਂਦਾ ਕਰਕੇ ਜਿਵੇਂ ਵੀ ਆ ਜਾਣੀ ਉਹਦੀ ਮੁਹੱਬਤ ਵੀ ਸੀਗੀ ਕਿਸੇ ਨਾਲ ਕੋਈ ਕਬਾਕਿਆ ਗੁਜ਼ਰ ਗਿਆ ਤਾਂ ਪਹਿਲੋ ਸੁਨਿਆ ਘਾਲ ਦੇਣਾ ਪਾਸੇ ਐਸੇ ਹੋ ਜਾਈ ਥਾਣੇਦਾਰ ਨੇ ਆਉਣਾ ਨਾ ਪੁਲਿਸ ਨੇ ਆਉਣਾ ਅੱਗਾ ਪਿਛਾ ਹੋ ਜਾਈ ਬੰਦਾ ਆਪਣੇ ਹੱਥ ਨਾਲ ਤਾਂਗੇ ਤੇ ਆਣ ਕੇ ਬੰਦਾ ਨਹੀਂ ਸਿਫੜਵਾਇਆ ਉਹਨੇ ਬਾਪੂ ਨੇ ਟੋੜਨੇ ਹਾਂਜੀ ਅਗਰ ਅਸੀਂ ਤੁਹਾਨੂੰ ਕਹੀਏ ਲਵੀ ਤੁਸੀਂ ਉੱਥੇ ਵਾਗ ਕੇ ਪਰਾਨੇ ਚਲੇ ਜਾਓ ਉੱਥੇ ਜਾ ਕੇ ਤੁਸੀਂ ਆਪ ਦਾ ਘਰ ਪਹਿਚਾਨ ਲੋਗੇ ਪਹਿਚਾਨ ਛੱਡ ਕੇ ਮਾ ਹੁਣ ਤਾਂ ਅਗਲੇ ਨੇ ਗੇਟ ਲਾਏ ਹੋਣਿਆ ਤਾਂ ਮੈਂ ਜਾ ਕੇ ਬੂਹਾ ਖੜਕਾ ਦੂੰਗਾ ਵੀ ਆਹ ਮੇਰੇ ਘਰ ਦਾ ਬੂਹਾ ਪਹਿਚਾਨ ਲੋਗੇ ਅੱਜ ਵੀ ਉਸੇ ਤਰ੍ਹਾਂ ਪਹਿਚਾਨੋ ਉਸੇ ਜਗ੍ਹਾ ਤੇ ਖੜੋ ਕੇ ਬਿਆਹ ਇੱਥੇ ਤਾਂ ਹੀ ਛੱਡੀ ਹਦੂਦ ਸੀ ਕੀ ਘਰ ਦੀ ਆ ਸਾਡਾ ਘਰ ਆ ਤੇ ਮਗਰਲੇ ਪਾਸੇ ਬਯਾ ਫਕੀਰ ਰਹਿੰਦੇ ਸੀ ਇੱਥੇ ਜਿੱਧਰ ਦੂਏ ਪਾਸੇ ਗੁੱਜਰ ਰਹਿੰਦੇ ਸੀ ਉਹ ਵੀ ਦੱਸ ਸਕਦਾ ਬਯਾ ਸਾਈਡ ਤੇ ਇੱਥੇ ਗੁੱਜਰ ਰਹਿੰਦੇ ਸੀ ਉਹ ਘਰ ਤੁਹਾਨੂੰ ਕਿਉਂ ਨਹੀਂ ਭੁੱਲਦਾ ਜਮਪਾਲ ਸੀਗਾ ਜਮਪਾਲ ਸੀਗਾ ਜੇ ਮੈਂ ਇੱਥੇ ਬੈਠਿਆ ਹੁਣ ਬਸਤੀ ਤੇ ਦੁਆ ਸਲਾਮ ਹਰ ਕੋਈ ਲੈਂਦਾ ਤੇ ਉਹ ਪਿਆਰ ਕਰਦੇ ਸੀ ਉਹਨਾਂ ਦੇ ਦਿਲ ਦੇ ਵਿੱਚ ਖੋਟ ਨਹੀਂ ਸੀ ਹੁੰਦੀ ਪਿਆਰ ਹੁੰਦਾ ਸੀਗਾ ਜਿਹੜੇ 1947 ਦੇ ਪਹਿਲੇ ਤੁਸੀਂ ਜ਼ਮਾਨਾ ਵੇਖਿਆ ਤੇ ਹੁਣ ਜ਼ਮਾਨਾ ਵੇਖਿਆ ਇਹਨਾਂ 'ਚ ਕਿੰਨਾ ਕ ਫਰਕ ਹੈ ਲੱਖਾਂ ਕੋਹਾਂ ਦਾ ਫਰਕ ਪੈ ਗਿਆ ਮੀਲ ਦੋ ਮੀਲ ਦਾ ਨਹੀਂ ਲੱਖਾਂ ਹੀ ਮੀਲਾਂ ਦਾ ਫਰਕ ਹੈ ਅੱਜ ਕੱਲ ਦੇ ਲੋਕ ਜ਼ਿਆਦਾ ਚੰਗੇ ਆ ਅੱਜ ਕੱਲ ਦੇ ਤਾਂ ਇੰਨੇ ਚੰਗੇ ਆ ਵੀ ਕੋਲੇ ਭਾਵੇਂ ਕੋਈ ਮਾਰੀ ਕੁੱਟੀ ਜਾਂਦਾ ਤੇ ਆਣ ਕੇ ਛਡਾਵ ਨਹੀਂ ਸਕਦਾ ਦੂਰ ਖੜੇ ਹੱਸਦੇ ਤਮਾਸ਼ਾ ਵੇਖਦੇ ਉਦੋਂ ਦੇ ਲੋਕ ਚੰਗੇ ਸੀ ਉਦੋਂ ਦੇ ਲੋਕ ਚੰਗੇ ਸੀ ਜੇ ਕਿਸੇ ਨਾਲ ਜ਼ਾستی ਹੁੰਦੀ ਸੀਗੀ ਤਾਂ ਸਿੱਖ ਨੇ ਆਪ ਆਣ ਕੇ ਲੜਾਈ ਆਪ ਦੇ ਗੱਲ ਪਾ ਲੈਣੀ ਉਹਦੇ ਨਾਲ ਜ਼ਾستی ਨਹੀਂ ਹੋਣ ਦੇਣੀ ਇੰਨੇ ਲੋਕ ਹੋ ਸੀਗੇ ਤੇ ਸਾਡੇ ਹੁਣ ਇਥੇ ਸਾਹਮਣੇ ਖਲੋਤੇ ਕਹਿਣਗੇ ਨਾਮ ਵੀ ਉਹਦੇ ਚੋਂ ਉਹ ਤੇ ਕਹਿਣਗੇ ਇਹਦੇ ਅੱਗੇ ਹੀ ਇਹ ਹੋ ਜਾਏ ਇਹ ਤਾਂ ਹੈ ਹੀ ਇਦਾਂ ਦਾ ਇਹਨੂੰ ਖਾਨਦੋ ਜੁੱਟੀਆਂ ਗਾਂ ਨਾ ਜਾਇਓ ਸਹੀ ਗੱਲ ਹੈ